ਕਿ ਜਿਹੜੀਆਂ ਕੁੜੀਆਂ ਫਿਰ ਇੱਕ ਕਲੇਮ ਕਰ ਰਹੀਆਂ ਨੇ ਕਿ ਸਾਡੇ ਨਾਲ ਗਲਤ ਹੋਇਆ, ਸੈਕਸ਼ੁਅਲ ਹਰਾਸਮੈਂਟ ਦੇ ਦੋਸ਼ ਵੀ ਲਾ ਰਹੀਆਂ ਨੇ, ਉਹਨਾਂ ਦੇ ਫਿਰ ਜਿਹੜੇ ਆਪਾਂ ਇਹ ਕਲੇਮਸ ਨੇ ਉਹਨਾਂ ਨੂੰ ਝੂਠਾ ਕਹਾਂਗੇ, ਝੂਠੇ ਨੇ ਜਾਂ ਸੱਚੇ ਨੇ? ਨਾਲੇ ਉਹਨਾਂ ਦੀ ਹੈਰੈਸਮੈਂਟ ਕਿਹੜੀ ਹੋਈ ਹੈ, ਪਰਿਭਾਸ਼ਾ ਕੀ ਹੈ? ਮੰਨ ਲਓ ਝਿੜਕਣ ਦੀ ਅਸੀਂ ਕਹਿੰਦੇ ਹਾਂ ਵੀ ਝਿੜਕਦਾ ਟੀਚਰ, ਹਨਾ, ਅਗਰ ਟੀਚਰ ਕਹਿ ਰਹੇ ਆ ਵੀ ਕਲਾਸ ਲਾਓ ਪੜ੍ਹੋ, ਤਾਂ ਕੀ ਇਹ ਕਹਿਣਾ ਗਲਤ ਹੈ? ਜਦੋਂ ਉਹਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਸਟੂਡੈਂਟਸ ਜੋ ਫੇਵਰ ਕਰ ਰਹੀਆਂ ਨੇ ਪ੍ਰੋਫੈਸਰ ਸੰਜੀਵ ਦਾ, ਉਹ ਇੱਦਾਂ ਨੇ ਜਿਵੇਂ ਰਾਮ ਰਹੀਮ ਦੀਆਂ ਪ੍ਰੇਮਣਾ ਹੁੰਦੀਆਂ ਨੇ, ਇਹਨਾਂ ਨੇ ਆਪਣਾ ਇੱਕ ਸੈਕਟ ਬਣਾਇਆ ਹੋਇਆ ਇੰਸਟੀਟਿਊਟ ਦੇ ਵਿੱਚ। ਲਾਇਬ੍ਰੇਰੀ ਦੇ ਪਿੱਛੇ ਸਾਨੂੰ ਘੇਰਿਆ ਜਾਂਦਾ, ਇੰਨਾ ਭੱਦਾ ਉਹ ਕੁੜੀਆਂ ਨੂੰ, ਉਹ ਪੁੱਛ ਰਹੇ ਸੀ ਕਿ ਤੂੰ ਸੁਰਜੀਤ ਦੇ ਹੱਕ ਦੇ ਵਿੱਚ ਹੈ, ਜਿਹੜੀ ਹੱਕ 'ਚ ਉਹਨੂੰ ਪਾਸੇ ਸਿੱਟ ਰਹੇ ਸੀ, ਧੱਕੇ ਮਾਰ ਰਹੇ ਸੀ, ਠੀਕ ਹੈ ਵੀ ਪਾਸੇ ਹੋ ਜਾਓ, ਮਤਲਬ ਧੱਕਾ ਮੁੱਕੀ ਦੇ ਦੌਰਾਨ ਮੇਰੇ ਸੱਟ ਨਹੀਂ ਵੱਜੀ, ਠੀਕ ਹੈ, ਮੇਰੀ ਬਾਂਹ ਦੇ ਨੀਲ ਪਏ, ਮੈਂ ਥੱਲੇ ਡਿੱਗੀ, ਮੇਰੇ ਸੱਟਾਂ ਵੱਜੀ, ਠੀਕ ਹੈ, ਉਹ ਚੁੰਨੀਆਂ ਖਿੱਚੀਆਂ ਗਈਆਂ ਸਾਡੀਆਂ ਉੱਥੇ ਕੁੜੀਆਂ ਦੀਆਂ, ਠੀਕ ਹੈ, ਇਹ ਨਾਲ ਬੈਠੇ ਨੇ, ਇਹਨਾਂ ਦੀ ਟੀ ਸ਼ਰਟ ਦੇ ਵਿੱਚ ਵੀ ਉਹਨਾਂ ਨੇ ਹੱਥ ਪਾਇਆ, ਹੈ ਨਾ, ਮਤਲਬ ਜੇ ਜੋ ਤੁਸੀਂ ਇੱਕ ਕੁੜੀ ਦੇ ਇਨਸਾਫ ਲਈ ਲੜ ਰਹੇ ਹੋ, ਤਾਂ ਦੂਜੇ ਪਾਸੇ ਤੁਸੀਂ ਤੁਹਾਡਾ ਕੁੜੀਆਂ ਦੇ ਨਾਲ ਵਿਹਾਰ ਕਿਸ ਤਰ੍ਹਾਂ? ਤੁਸੀਂ ਇੱਕ ਕੁੜੀ ਹੋਣ ਦੇ ਨਾਤੇ ਇਹ ਸਮਝਦੇ ਹੋ ਕਿ ਕੋਈ ਵੀ ਲੜਕੀ ਬਿਨਾਂ ਕਿਸੇ ਗੱਲ ਤੋਂ ਅਜਿਹਾ ਦੋਸ਼ ਕਿਸੇ ਤੇ ਵੀ ਨਹੀਂ ਲਾਏਗੀ, ਉਹ ਪ੍ਰੋਫੈਸਰ ਹੋਏ ਕੋਈ ਹੋਵੇ, ਆਬਸੀਨ ਬਿਹੇਵੀਅਰ ਵਿਦ ਫੀਮੇਲ ਸਟੂਡੈਂਟਸ, ਅਜਿਹੀ ਲਾਈਨ ਉਸ ਜਾਂਚ ਰਿਪੋਰਟ ਦੇ ਵਿੱਚ ਹੈ? ਜੇ ਜੱਜ ਦੀ ਜਾਂਚ ਰਿਪੋਰਟ ਇਹ ਕਹਿ ਰਹੀ ਆ, ਤਾਂ ਫਿਰ ਕੋਈ ਤੱਥ ਸਾਹਮਣੇ ਆਏ ਹੋਣਗੇ ਸਟੂਡੈਂਟਸ ਨੇ ਕੰਪਲੇਨ ਕੀਤੀ ਹੈ ਜਿਹੜੀਆਂ? ਉਹਦੇ ਜੱਜਮੈਂਟ ਦੇ ਵਿੱਚ ਇਹ ਵੀ ਸਾਫ਼ ਹੋਇਆ ਕਿ ਡਾਕਟਰ ਸੁਰਜੀਤ ਆਧਾਰ ਨਹੀਂ ਹੈਗੇ, ਕੋਈ ਕੌਜ਼ ਨਹੀਂ ਉਹਨਾਂ ਦਾ, ਮਤਲਬ ਕੋਈ ਕੋਈ ਯੋਗਦਾਨ ਨਹੀਂ ਉਹਦੀ ਡੈਥ 'ਚ, ਉਹ ਇੱਕ ਨੈਚੁਰਲ ਡੈਥ ਹੈਗੀ ਸੀ। ਜੋ ਘਟਨਾ ਹੋਈ ਤੁਹਾਨੂੰ ਲੱਗਦਾ ਕਿ ਉਹ ਪਲੈਨਡ ਸੀ, ਕਿਉਂਕਿ ਪੇਸ਼ ਤਾਂ ਇੱਦਾਂ ਕੀਤਾ ਗਿਆ, ਫੈਕਟਸ ਉਹਨਾਂ ਵੱਲੋਂ ਇਹ ਰੱਖੇ ਜਾਂਦੇ ਨੇ ਦੂਜੀ ਧਿਰ ਵੱਲੋਂ, ਕਿ ਉਹ ਤਾਂ ਮੌਕੇ ਤੇ ਜੋ ਚੀਜ਼ ਹੋਈ ਅਚਾਨਕ ਹੋਈ? ਪਰ ਇੱਕ 18 ਸਾਲ ਦਾ ਬੱਚਾ ਪਹਿਲ ਨਹੀਂ ਕਰ ਸਕਦਾ ਹੱਥ ਚੁੱਕਣ ਦੇ, ਕੀ ਉਹਨਾਂ ਦਾ ਇਹ ਹੱਕ ਬਣਦਾ ਸੀਗਾ ਕਿ ਸਾਨੂੰ ਵੀ ਖਿੱਚਣ? ਉਹ ਮਤਲਬ ਕੱਲ ਦਾ 17-18 ਸਾਲ ਦਾ ਜਵਾਕ ਸਾਨੂੰ ਪੜ ਰਿਹਾ, ਇਹਦਾ ਮਤਲਬ ਹੈ ਇਹ ਚੀਜ਼ਾਂ ਗਲਤ ਨੇ। ਪਰ ਜਿਹੜੇ ਸਟੂਡੈਂਟਸ ਮਾਰਕੁੱਟ ਤੱਕ ਚਲੇ ਗਏ, ਇਹਨਾਂ ਦੇ ਪਿੱਛੇ ਫਿਰ ਕੀ ਕਾਰਨ ਕੀ ਆ? ਕੋਈ ਪਰਸਨਲ ਰੰਜਿਸ਼ ਆ? ਕਿੱਥੋਂ ਇਹ ਸਾਰੀ ਚੀਜ਼ ਕਿਉਂ ਇੰਨੀ ਲਮਕਾਈ ਜਾ ਰਹੀ ਆ? ਆਪਣੀਆਂ ਰੰਜਿਸ਼ਾਂ ਦੀ ਗੱਲ ਕਰ ਰਹੇ ਸੀ ਕਿ ਤੁਸੀਂ ਇਹ ਤੂੰ ਸਾਡੇ ਨਾਲ ਆਹ ਕੀਤਾ, ਤੂੰ ਇਹ ਕੀਤਾ, ਤੂੰ ਉਹ ਕੀਤਾ, ਠੀਕ ਹੈ, ਉਹਨਾਂ ਦੀਆਂ ਆਪਣੀਆਂ ਰੰਜਿਸ਼ਾਂ ਸੀਗੀਆਂ। ਤਾਂ ਕੀ ਤੁਹਾਨੂੰ ਲੱਗਦਾ ਕਿ ਪ੍ਰੋਫੈਸਰ ਸਾਹਿਬ ਦੁਬਾਰਾ ਆਉਣੇ ਚਾਹੀਦੇ ਯੂਨੀਵਰਸਿਟੀ ਦੇ ਵਿੱਚ ਜਾਂ ਸਸਪੈਂਸ਼ਨ ਕਾਇਮ ਰਹਿਣੀ ਚਾਹੀਦੀ ਹੈ? ਹਨਾ, ਜਿਹੜੇ ਬੱਚਿਆਂ ਦੀ ਅੱਜ 2-4 ਦੀ ਗੱਲ ਕਰ ਰਹੇ ਨੇ, ਉਹੀ ਬੱਚਿਆਂ ਵਾਸਤੇ ਕਦੇ ਉਹਨਾਂ ਨੇ ਫੀਸਾਂ ਭਰਨੀਆਂ, ਕਦੇ ਉਹਨਾਂ ਨੇ ਕਿਸੇ ਲਈ ਬੈੱਡ ਲਵਾਉਣੇ, ਕਦੇ ਕੁਛ। ਸਤਿ ਸ਼੍ਰੀ ਅਕਾਲ, ਬਰਾਊਜ਼ ਡੇਲੀ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਕਰਨ ਹਾਂਡਾ। ਪ੍ਰੋਫੈਸਰ ਸੁਰਜੀਤ ਨੂੰ ਲੈ ਕੇ ਲਗਾਤਾਰ ਚਰਚਾ ਛਿੜੀ ਹੋਈ ਹੈ, ਸਸਪੈਂਸ਼ਨ ਤੋਂ ਬਾਅਦ ਵੀ ਦੋਸ਼ ਲੱਗ ਰਹੇ ਨੇ, ਮੰਗ ਵੀ ਉੱਠ ਰਹੀ ਹੈ ਕਿ ਹਲੇ ਵੀ ਕ੍ਰਿਮੀਨਲ ਪਰਚਾ ਨਹੀਂ ਦਰਜ ਹੋਇਆ, ਉਸ ਤਰੀਕੇ ਜਾਂਚ ਹੋਣੀ ਚਾਹੀਦੀ ਹੈ। ਤੇ ਪਿਛਲੇ ਦਿਨੀ ਕੁਝ ਬੁੱਧੀਜੀਵੀਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਦੋਸ਼ ਲਾਏ ਗਏ। ਸਾਡੇ ਨਾਲ ਉਸੇ ਯੂਨੀਵਰਸਿਟੀ ਦੇ ਸਟੂਡੈਂਟਸ ਵੀ ਨੇ, ਅਸਿਸਟੈਂਟ ਪ੍ਰੋਫੈਸਰ ਵੀ ਨੇ, ਜੁੜੇ ਹੋਏ ਨੇ, ਜੋ ਕਿ ਇਹਨਾਂ ਦੋਸ਼ ਤੋਂ ਉਲਟ ਕੁਛ ਹੋਰ ਪੱਖ ਰੱਖਦੇ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ, ਸਤਿ ਸ਼੍ਰੀ ਅਕਾਲ ਜੀ ਤੁਹਾਡਾ। ਬਹੁਤ ਮੈਮ, ਜਿਸ ਤਰੀਕੇ ਮੈਂ ਕਿਹਾ ਕਿ ਜੋ ਪ੍ਰੈਸ ਕਾਨਫਰੰਸ ਹੋਈ ਜਿਸ ਦੇ ਵਿੱਚ ਬੁੱਧੀਜੀਵੀ ਬੈਠੇ, ਜਿਹਨਾਂ ਦੇ ਵਿੱਚ ਮਾਲਵਿੰਦਰ ਸਿੰਘ ਮਾਲੀ ਸੀ, ਡਾਕਟਰ ਪਿਆਰੇਲਾਲ ਗਰਗ ਸੀ, ਹੋਰ ਵੀ ਚਿਹਰੇ ਸੀ, ਉਹਨਾਂ ਵੱਲੋਂ ਵਾਰ ਵਾਰ ਇਹੀ ਕਿਹਾ ਗਿਆ ਕਿ ਸਸਪੈਂਸ਼ਨ ਤੱਕ ਗੱਲ ਨਹੀਂ ਨਿਬੜਨੀ, ਕ੍ਰਿਮੀਨਲ ਪਰਚਾ ਦਰਜ ਹੋਵੇ, ਆਬਸੀਨ ਬਿਹੇਵੀਅਰ ਸੀ ਪ੍ਰੋਫੈਸਰ ਦਾ ਸਟੂਡੈਂਟਸ ਦੇ ਨਾਲ, ਅਜਿਹਾ ਜਾਂਚ ਰਿਪੋਰਟ ਦੇ ਵਿੱਚ ਪਹਿਲਾਂ ਸੈਸ਼ਨ ਜੱਜ ਵਾਲੀ ਜਾਂਚ ਰਿਪੋਰਟ ਦੇ ਵਿੱਚ ਆਇਆ, ਇਹ ਕਲੇਮ ਕੀਤਾ ਗਿਆ, ਕੀ ਆਬਸੀਨ ਬਿਹੇਵੀਅਰ ਹੈਗਾ ਸੀ ਪ੍ਰੋਫੈਸਰ ਸਾਹਿਬ ਦਾ?
ਸਰ ਸਾਡੇ ਹਿਸਾਬ ਨਾਲ ਤਾਂ ਉਹ ਇੱਦਾਂ ਦਾ ਭੱਦਾ ਐਕਸਪੀਰੀਅੰਸ ਸੋਰੀ ਹੈ ਨਹੀਂ ਸੀ ਇੱਦਾਂ ਦਾ ਬਿਹੇਵੀਅਰ ਜਿੱਦਾਂ ਦਾ ਇਹ ਸ਼ੋ ਕਰ ਰਹੇ ਨੇ, ਕਿਉਂਕਿ ਉਹ ਕੋਈ ਜ਼ਿਆਦਾ ਬੱਚਿਆਂ ਦੇ ਕਮੈਂਟ ਨਹੀਂ ਹੈਗੇ, ਥੋੜ੍ਹੇ ਜਿਹੇ ਬੱਚੇ ਸਿਰਫ ਅੱਗੇ ਆ ਕੇ ਕਹਿ ਰਹੇ ਨੇ, ਅਤੇ ਉਹ ਵੀ ਕਿਸ ਕਦੋਂ ਉਹ ਬੱਚੇ ਆਏ ਨੇ ਯੂਨੀਵਰਸਿਟੀ 'ਚ, ਕਿਹੜੀ ਏਜ ਦੇ ਨੇ ਉਹ, ਉਹਨਾਂ ਨੂੰ ਤਾਂ ਤੁਸੀਂ ਕੁਛ ਵੀ, ਮਤਲਬ ਮੈਂ ਵੀ ਪੜ੍ਹਾ ਰਹੀ ਹਾਂ ਤਾਂ ਤੁਸੀਂ ਕੁਛ ਵੈਸੇ ਹੀ ਥੋੜ੍ਹਾ ਜਿਹਾ ਬੋਲ ਲਓ ਨਾ, ਉਹ ਉਹਨੂੰ ਵੀ ਮਤਲਬ ਉਸੇ ਤਰੀਕੇ ਨਾਲ ਲੈਂਦੇ ਆ ਜਿਸ ਤਰ੍ਹਾਂ ਉਹਨਾਂ ਨੇ ਮਤਲਬ ਸਰ ਬਾਰੇ ਇਹ ਚੀਜ਼ਾਂ ਸਾਰੀਆਂ ਡਾਕਟਰ ਸੁਖਜੀਤ ਬਾਰੇ ਕੀਤੀਆਂ ਨੇ। ਤਾਂ ਮੈਨੂੰ ਉਹਨਾਂ ਦਾ ਇਹ ਜਿਹੜਾ ਕਲੇਮ ਹੈ, ਈਵਨ ਕਿ ਹੁਣ ਵੀ ਕਮੇਟੀ ਬੈਠੀ ਹੋਈ ਹੈ ਤਾਂ ਉਹ ਬੱਚਿਆਂ 'ਤੇ ਦੁਬਾਰਾ ਵੀ ਉਹਨਾਂ ਦੀ ਗੱਲਬਾਤ ਹੋ ਰਹੀ ਹੈ ਕਿ ਕਿਸ ਚੀਜ਼ ਨੂੰ ਆਧਾਰ ਬਣਾ ਕੇ ਉਹ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਕਰ ਰਹੇ ਨੇ, ਤੇ ਮੈਂ ਮਤਲਬ ਇਸ ਕਲੇਮ ਨੂੰ ਨਹੀਂ ਮੰਨਦੀ ਹੈਗੀ। ਜਿਹੜੇ ਇਹ ਸ਼ਿਕਾਇਤਾਂ ਆਈਆਂ ਨੇ ਵੀ ਡਾਕਟਰ ਸੁਰਜੀਤ ਦਾ ਜਿਹੜਾ ਬਿਹੇਵੀਅਰ ਹੈ ਵੀ ਉਹ ਭੱਦਾ ਹੈ ਜਾਂ ਅਸ਼ਲੀਲ ਹੈ, ਇਹ ਕਦੋਂ ਆਉਂਦੀਆਂ ਨੇ? 2009 ਤੋਂ ਇਸ ਯੂਨੀਵਰਸਿਟੀ ਦੇ ਵਿੱਚ ਆ, ਠੀਕ ਹੈ, ਇਸ ਡਿਪਾਰਟਮੈਂਟ ਦੇ ਵਿੱਚ ਆ, ਤਾਂ ਇਹ ਸ਼ਿਕਾਇਤ ਪਹਿਲਾਂ ਕਦੇ ਕਿਉਂ ਨਹੀਂ ਹੋਈ ਹੈਗੀ? ਇਹ ਸਾਰੀਆਂ ਸ਼ਿਕਾਇਤਾਂ ਨੇ ਜਿਹੜੀਆਂ ਇਹ ਕਦੋਂ ਆਉਂਦੀਆਂ ਨੇ? ਜਦੋਂ ਜਸ਼ਨਦੀਪ ਵਾਲਾ ਜਿਹੜਾ ਇਹ ਮਸਲਾ ਹੈ ਉਹ ਹੁੰਦਾ ਹੈ ਨਾ, 14 ਸਤੰਬਰ ਦੀ ਘਟਨਾ ਹੁੰਦੀ ਆ, ਉਸ ਤੋਂ ਬਾਅਦ ਇਹ ਸਾਰੀਆਂ ਸ਼ਿਕਾਇਤਾਂ ਆਉਂਦੀਆਂ ਨੇ। ਉਸ ਤੋਂ ਪਹਿਲਾਂ ਤੁਸੀਂ ਮਤਲਬ ਯੂਨੀਵਰਸਿਟੀ ਦਾ ਜੋ ਹੈ ਨਾ ਸੈੱਲ ਹੈ ਬਣਿਆ ਹੋਇਆ, ਤੁਸੀਂ ਉੱਥੇ ਚੈੱਕ ਕਰ ਲਓ, ਤੁਸੀਂ ਰਿਕਾਰਡ ਦੇਖ ਲਓ ਕੀ ਕਿਤੇ ਪਹਿਲਾਂ ਏਦਾਂ ਦੀ ਕੋਈ ਸ਼ਿਕਾਇਤ ਆਈ। ਇਹ ਦੇ ਸਕਦੇ ਨੇ ਕਿ ਸ਼ਾਇਦ ਬਹੁਤ ਸਾਰੇ ਸਟੂਡੈਂਟਸ ਦਬੇ ਹੋਣ, ਆਪਣੇ ਅੰਦਰ ਰੱਖ ਕੇ ਬੈਠੇ ਹੋਣ, ਜਦੋਂ ਕੋਈ ਮੌਕਾ ਬਣਿਆ ਤਾਂ ਉਹ ਵੀ ਸਾਹਮਣੇ ਆਏ। ਨਹੀਂ ਸਰ, ਇੱਥੇ ਫਿਰ ਵੀ ਕੰਪਲੇਂਟਸ ਵਾਲਾ ਇੱਕ ਸੈੱਲ ਬਣਿਆ ਹੋਇਆ ਜਿੱਥੇ ਇਹ ਵੀ ਕਿਹਾ ਜਾਂਦਾ ਕਿ ਬਈ ਤੁਹਾਡੀ ਆਈਡੈਂਟੀ ਨੂੰ ਵੀ ਨਹੀਂ ਦੱਸਿਆ ਜਾਊਗਾ, ਅਗਰ ਤੁਹਾਨੂੰ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਤੁਸੀਂ ਦੱਸ ਸਕਦੇ ਹੋ। ਤੇ ਜਿਹੜਾ ਇਹ ਮਤਲਬ ਜਿਹੜਾ ਇਹਨਾਂ ਨੇ ਆਧਾਰ ਬਣਾਇਆ ਹੋਇਆ ਇੱਕ ਕੁੜੀ ਦੇ ਮਸਲੇ ਨੂੰ ਚੱਕ ਕੇ, ਤਾਂ ਬਹੁਤ ਹੋਰ ਵੀ ਨੇ, ਤਾਂ ਫਿਰ ਤਾਂ ਬਹੁਤ ਜਾਣੇ ਕੰਪਲੇਂਟ ਕਰਦੇ ਜੇ ਉਹਨਾਂ ਦਾ ਬਿਹੇਵੀਅਰ ਇੱਦਾਂ ਹੀ ਹੁੰਦਾ। ਅਸੀਂ ਉਹਨਾਂ ਦੇ ਸਟੂਡੈਂਟ ਵੀ ਰਹੇ ਹਾਂ, ਮੈਂ ਹੁਣ ਵੀ ਸਟੂਡੈਂਟ ਹਾਂ, ਪੜ੍ਹਾ ਵੀ ਰਹੀ ਹਾਂ, ਤਾਂ ਮੈਨੂੰ ਕੀ ਮਤਲਬ 10-15 ਸਾਲ 'ਚ ਇੱਦਾਂ ਦੀ ਕੋਈ ਦਿੱਕਤ ਨਾ ਆਉਂਦੀ, ਜਾਂ ਹੋਰ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਦਿੱਕਤ ਨਾ ਆਉਂਦੀ, ਚਾਹੇ ਉਹ MA ਦੇ ਨੇ, BA ਦੇ ਨੇ ਜਾਂ ਕੋਈ ਵੀ ਨੇ, ਹੈ ਨਾ, ਇੱਕ ਜਾਣੇ ਦਾ ਕਲੇਮ ਚੱਕ ਕੇ ਤੁਸੀਂ ਪੂਰਾ ਮਤਲਬ ਕਰੈਕਟਰ 'ਤੇ ਉਂਗਲ ਚੱਕ ਲੈਣੀ, ਇਹ ਮਤਲਬ ਗੱਲਾਂ ਥੋੜ੍ਹੀਆਂ ਠੀਕ ਨਹੀਂ ਹੁੰਦੀਆਂ, ਹੈ ਨਾ। ਜੋ ਸੈਸ਼ਨਲ ਜੱਜ ਵੱਲੋਂ ਜੋ ਜਾਂਚ ਰਿਪੋਰਟ ਸੀ ਉਸ ਦੇ ਵਿੱਚ ਕੋਟ ਕੀਤਾ ਉਹਨਾਂ ਨੇ ਕੱਲ ਡਾਕਟਰ ਪਿਆਰੇਲਾਲ ਗਰਗ ਨੇ, ਉਹ ਕਹਿੰਦੇ ਕਿ ਓਬਸੀਨ ਬਿਹੇਵੀਅਰ ਵਿਦ ਫੀਮੇਲ ਸਟੂਡੈਂਟਸ, ਅਜਿਹੀ ਲਾਈਨ ਉਸ ਜਾਂਚ ਰਿਪੋਰਟ ਦੇ ਵਿੱਚ ਹੈ। ਜੇ ਜੱਜ ਦੀ ਜਾਂਚ ਰਿਪੋਰਟ ਇਹ ਕਹਿ ਰਹੀ ਆ ਤਾਂ ਫਿਰ ਕੋਈ ਤੱਥ ਸਾਹਮਣੇ ਆਏ ਹੋਣਗੇ ਸਟੂਡੈਂਟਸ ਨੇ ਕੰਪਲੇਂਟ ਕੀਤੀ ਹੈ ਜਿਹੜੀਆਂ ਨੇ? ਨਹੀਂ, ਉਹਨਾਂ ਨੇ ਜਿਹੜਾ ਇਹ ਬਿਹੇਵੀਅਰ ਆ ਉਹ ਪਰਟੀਕੁਲਰ ਫੀਮੇਲ ਨੂੰ ਲੈ ਕੇ ਤਾਂ ਨਹੀਂ ਮੇਰਾ ਖਿਆਲ ਉਹਨਾਂ ਨੇ ਜੱਜਮੈਂਟ ਦਿੱਤੀ ਕਿ ਫੀਮੇਲਸ ਨੂੰ ਲੈ ਕੇ, ਕੁਛ ਮੁੰਡੇ ਵੀ ਸ਼ਾਮਿਲ ਸੀਗੇ, ਜਦੋਂ ਕੋਈ ਅਫਵਾਹ ਉੱਡਦੀ ਹੈ ਤੇ ਉਹਦੇ ਆਧਾਰ ਤੇ ਕੋਈ ਭੀੜ ਇਕੱਠੀ ਹੁੰਦੀ ਹੈ ਫਿਰ ਉਹਦਾ ਕੋਈ ਮੂੰਹ ਸਿਰ ਹੁੰਦਾ ਨਹੀਂ ਹੈਗਾ। ਤੇ ਇਹ ਚੀਜ਼ ਜਿਹੜੀ ਜਿੱਥੇ ਤੁਸੀਂ ਵਾਰੀ ਵਾਰੀ ਆ ਰਹੇ ਹੋ ਕਿ ਇਹ ਕਲੇਮ ਕਰਤਾ, ਇਹ ਉਹਦੇ ਜੱਜਮੈਂਟ ਦੇ ਵਿੱਚ ਇਹ ਵੀ ਸਾਫ ਹੋਇਆ ਕਿ ਡਾਕਟਰ ਸੁਰਜੀਤ ਆਧਾਰ ਨਹੀਂ ਹੈਗੇ, ਕੋਈ ਕੌਜ਼ ਨਹੀਂ ਉਹਨਾਂ ਦਾ, ਮਤਲਬ ਕੋਈ ਯੋਗਦਾਨ ਨਹੀਂ ਉਹਦੀ ਡੈਥ 'ਚ, ਉਹ ਇੱਕ ਨੈਚੁਰਲ ਡੈਥ ਹੈਗੀ ਸੀ। ਇੱਕ ਅਫਵਾਹ ਦੇ ਆਧਾਰ 'ਤੇ ਇੱਕ ਪ੍ਰੋਫੈਸਰ ਨੂੰ ਘੇਰ ਲੈਣਾ,
ਜਿਹ 'ਚ ਉਹਨਾਂ ਦਾ ਕੋਈ ਦੋਸ਼ ਵੀ ਨਹੀਂ ਹੈਗਾ, ਹੈ ਨਾ। ਤੇ ਜੇ ਮੇਰਾ ਖਿਆਲ ਤੁਸੀਂ ਉਹ ਚੈਟ ਪੜ੍ਹੀ ਹੋਣੀ ਜਾਂ ਤੁਹਾਡੇ ਕੋਲ ਹੈ ਉਹ ਚੈਟ, ਇੱਕ ਪ੍ਰੋਫੈਸਰ ਜਿਹੜਾ ਪੂਰੀ ਚੈਟ 'ਚ ਉਹਨਾਂ ਨੂੰ ਇਹ ਕਹਿ ਰਿਹਾ ਠੀਕ ਹੈ ਇਸ ਵਾਰੀ ਛੁੱਟੀ ਵੀ ਲੈ ਲਓ, ਪਰ ਤੁਹਾਡਾ ਮਤਲਬ ਇਹ ਹੈ ਕਿ ਨੇੜੇ ਤੋਂ ਇਲਾਜ ਕਰਾਓ, ਕਿ ਤੁਸੀਂ ਬਠਿੰਡੇ ਜਾਓਗੇ ਉੱਥੋਂ ਇਲਾਜ ਕਰਾਓਗੇ। ਉਹੀ ਪ੍ਰੋਫੈਸਰ ਉਸ ਬੱਚੇ ਦੇ ਮਤਲਬ ਉਹ ਖੁਦ ਵੀ ਕਹਿ ਰਹੇ ਨੇ ਕਿ ਮੈਂ ਵੀ ਹੈਲਪ ਕਰ ਦੂੰ, ਹੈ ਨਾ। ਉਹ ਵੀ ਸੋਚ ਰਹੇ ਨੇ ਕਿ ਛੋਟਾ ਬੱਚਾ ਇਹ ਆਪਣੇ ਆਧਾਰ ਉਹਦੇ ਤੇ ਲੱਭ ਵੀ ਨਹੀਂ ਸਕਦੇ ਡਾਕਟਰ। ਤਾਂ ਉਹੀ ਸਟੂਡੈਂਟ ਨੂੰ ਉਹੀ ਟੀਚਰ, ਮਤਲਬ ਯੂਨੀਵਰਸਿਟੀ ਇੰਨੀ ਵੱਡੀ ਆ, ਬੱਚੇ ਬਹੁਤ ਨੇ, ਉਸ ਕੁੜੀ ਦਾ ਆਪਾਂ ਇਹ ਨਹੀਂ ਸੋਚਦੇ ਹੈਗੇ ਕਿ ਉਹਨੇ ਪਰਟੀਕੁਲਰ ਡਾਕਟਰ ਸੁਜੀਤ ਸਰ ਨਾਲ ਹੀ ਆਪਣੀ ਪ੍ਰੋਬਲਮ ਕਿਉਂ ਸ਼ੇਅਰ ਕੀਤੀ ਕਿ ਉਹ ਟੀਚਰ ਹੈ ਨਹੀਂ, ਕਿ ਉਹਨੂੰ ਲੱਗਿਆ ਹੋਣਾ ਨਾ। ਫਿਰ ਨੇ ਵੀ ਉਹਦੀ ਹੈਲਪ ਹੀ ਕੀਤੀ ਕਿ ਤੁਸੀਂ ਵੀ, ਮੈਂ ਤੁਹਾਡੀ ਖੁਦ ਹੈਲਪ ਕਰੂੰਗਾ ਡਾਕਟਰ ਲੱਭਣ 'ਚ। ਇੱਕ ਅਫਵਾਹ ਦੇ ਆਧਾਰ 'ਤੇ ਉਹਨਾਂ ਨੇ ਟਾਰਗੇਟ ਕਰ ਲਿਆ, ਉਸੇ ਰਿਪੋਰਟ ਦੀਆਂ ਦੋ ਚੀਜ਼ਾਂ ਉਹ ਮਤਲਬ ਅੱਗੇ ਕਰੀ ਜਾ ਰਹੇ ਨੇ। ਤੇ ਉਹੀ ਜੱਜ ਨੇ ਜਦੋਂ ਇਹ ਕਿਹਾ ਕਿ ਵੀ ਡੈਥ 'ਚ ਇਹਨਾਂ ਦਾ ਕੋਈ ਯੋਗਦਾਨ ਵੀ ਹੈ ਨਹੀਂ, ਹੈ ਨਾ, ਤੇ ਉਹ ਪਰਟੀਕੁਲਰ ਉਹਨਾਂ ਨੂੰ ਉਸ ਚੀਜ਼ ਤੋਂ ਬਾਹਰ ਕੱਢਤਾ ਉਹਨਾਂ ਨੇ ਸਰ ਨੂੰ, ਈਵਨ ਕਿ ਉਹਨਾਂ ਦੀ ਸਟੇਟਮੈਂਟ ਵੀ ਨਹੀਂ ਲਈ ਗਈ, ਹੈ ਨਾ। ਤੇ ਮੈਨੂੰ ਮਤਲਬ ਇਹ ਲੱਗਦਾ ਕਿ ਸਾਨੂੰ ਨਾ ਸਿਰਫ ਇੱਕ ਗੱਲ ਤੇ ਫੋਕਸ ਨਹੀਂ ਕਰਨਾ ਚਾਹੀਦਾ, ਸਾਨੂੰ ਇਹ ਵੀ ਦੇਖਣਾ ਚਾਹੀਦਾ ਕਿ ਕੀ ਪੂਰਾ ਇਹ ਜਿਹੜਾ ਸਾਰਾ ਸਿਰਜਿਆ ਗਿਆ ਇਹਦੇ ਵਿੱਚ ਇੱਕ ਬੰਦੇ ਦੀ ਗਲਤੀ ਵੀ ਹੈ ਨਹੀਂ। ਅਫਵਾਹ ਦੇ ਆਧਾਰ ਤੇ ਉਹਦਾ ਪੂਰਾ ਕਰੀਅਰ ਤੇ ਸਵਾਲ ਖੜਾ ਕਰ ਦਿੱਤਾ ਗਿਆ, ਹੈ ਨਾ। ਕੱਲ ਦੇ ਉੱਠੇ ਬੱਚੇ ਉਹਨਾਂ ਤੇ ਹੱਥ ਚੱਕ ਰਹੇ ਨੇ, ਇਹ ਕਿੱਥੋਂ ਕੁ ਤੱਕ ਸਹੀ ਹੈ? ਜੋ ਘਟਨਾ ਹੋਈ ਤੁਹਾਨੂੰ ਲੱਗਦਾ ਕਿ ਉਹ ਪਲੈਨਡ ਸੀ? ਕਿਉਂਕਿ ਪੇਸ਼ ਤਾਂ ਇੱਦਾਂ ਕੀਤਾ ਗਿਆ, ਫੈਕਟਸ ਉਹਨਾਂ ਵੱਲੋਂ ਇਹ ਰੱਖੇ ਜਾਂਦੇ ਨੇ ਦੂਜੀ ਧਿਰ ਵੱਲੋਂ ਕਿ ਉਹ ਤਾਂ ਮੌਕੇ ਤੇ ਜੋ ਚੀਜ਼ ਹੋਈ ਅਚਾਨਕ ਹੋ ਗਈ। ਸਰ ਇਹਦੇ ਵਿੱਚ ਦੇਖੋ ਹੁਣ ਜਿਵੇਂ ਉਹਨਾਂ ਨੇ ਕਿਹਾ ਵੀ ਆਪ ਮੁਹਾਰੇ ਬੱਚਿਆਂ ਨੇ ਇਹ ਕੀਤਾ, ਹੈ ਨਾ। ਤਾਂ ਤੁਸੀਂ ਇਹ ਦੇਖੋ ਵੀ ਜਦੋਂ ਇਹ ਅਫਵਾਹ ਉੱਡਦੀ ਹੈ, ਪਹਿਲਾਂ ਤਾਂ ਇਹ ਉੱਡਦੀ ਹੈ ਕਿ ਕੁੜੀ ਨੇ ਆਪਣੇ ਸੁਸਾਈਡ ਕਰ ਲਿਆ, ਹੈ ਨਾ। ਉਹਨਾਂ ਨੇ ਪੋਸਟਾਂ ਵੀ ਪਾਈਆਂ ਫਿਰ ਡਿਲੀਟ ਕੀਤੀਆਂ, ਹੈ ਨਾ। ਫਿਰ ਉਹਨਾਂ ਨੇ ਕਿਹਾ ਵੀ ਸੁਸਾਈਡ ਨੋਟ ਮਿਲਿਆ, ਹੈ ਨਾ। ਫਿਰ ਉਹਨਾਂ ਨੇ ਕਿਹਾ ਵੀ ਕੁੜੀ ਦੀ ਜਾਂਦੇ ਰਸਤੇ ਦੇ ਵਿੱਚ ਮੌਤ ਹੋ ਗਈ, ਹੈ ਨਾ। ਤਾਂ ਤੁਸੀਂ ਇਹ ਦੇਖੋ ਵੀ ਜਦੋਂ ਮਤਲਬ ਕਲਾਸਾਂ ਦੇ ਵਿੱਚ ਬੱਚਿਆਂ ਨੂੰ ਕਲਾਸਾਂ 'ਚੋਂ ਕੱਢਿਆ ਜਾਂਦਾ, ਬਕਾਇਦਾ ਉਹਨਾਂ ਨੂੰ ਭਾਸ਼ਣ ਦਿੱਤਾ ਜਾਂਦਾ, ਲਾਇਬ੍ਰੇਰੀ 'ਚ ਬੱਚੇ ਆਉਂਦੇ ਨੇ, ਕਲਾਸਾਂ 'ਚ ਜਾਂਦੇ ਨੇ ਇਹ ਸਾਰੇ, ਤੇ ਉੱਥੇ ਬੱਚਿਆਂ ਨੂੰ ਇਹ ਮਤਲਬ ਇਮੋਸ਼ਨਲੀ ਕਰਕੇ ਕਿ ਤੁਹਾਡੀ ਕਲਾਸਮੇਟ ਦੀ ਡੈਥ ਹੋਈ ਹੈ ਸਰ ਉਹਦਾ ਕਾਰਨ ਹੈ, ਤੇ ਇਸ ਤਰ੍ਹਾਂ ਕਰਕੇ ਉਹਨਾਂ ਨੂੰ ਕਲਾਸਾਂ ਦੇ ਵਿੱਚੋਂ ਕੱਢ ਕੇ ਲੈ ਕੇ ਆਇਆ ਜਾਂਦਾ। ਤੇ ਜਦੋਂ ਉੱਥੇ VC ਆਫਿਸ ਤੋਂ ਸਾਰਾ ਜਿਹੜਾ ਚੱਲਦਾ ਹੈ, ਉੱਥੇ ਜਦੋਂ ਲਾਇਬ੍ਰੇਰੀ ਦੇ ਪਿੱਛੇ ਸਰ ਨੂੰ ਘੇਰਿਆ ਜਾਂਦਾ, ਮੈਂ ਉੱਥੇ ਸੀ, ਹੈ ਨਾ। ਤਾਂ ਜਿਸ ਤਰ੍ਹਾਂ ਦੀ ਸ਼ਬਦਾਵਲੀ ਉਹ ਵਰਤ ਰਹੇ ਸੀ, ਜਿੰਨਾ ਭੱਦਾ ਉਹ ਕੁੜੀਆਂ ਨੂੰ ਉਹ ਪੁੱਛ ਰਹੇ ਸੀ ਵੀ ਤੂੰ ਸੁਰਜੀਤ ਦੇ ਹੱਕ ਦੇ ਵਿੱਚ ਹੈ, ਜਿਹੜੀ ਹੱਕ 'ਚ ਉਹਨੂੰ ਪਾਸੇ ਸਿੱਟ ਰਹੇ ਸੀ, ਧੱਕੇ ਮਾਰ ਰਹੇ ਸੀ, ਠੀਕ ਹੈ ਵੀ ਪਾਸੇ ਹੋ ਜਾਓ, ਤੇ ਜਿਹੜੀਆਂ ਕਹਿ ਰਹੇ ਜਿਹੜੀਆਂ ਕਹਿ ਰਹੇ ਸੀ ਵੀ ਅਸੀਂ ਵਿਰੋਧ 'ਚ, ਉਹਨਾਂ ਨੂੰ ਉਹ ਉਹਨਾਂ ਦੇ ਨੇੜੇ ਕਰ ਰਹੇ ਸੀ, ਤਾਂ ਕਿ ਉਹ ਯਾਨੀ ਕਿ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਇੱਕ ਪਾਸੇ ਕਹਿ ਰਹੇ ਸੀ ਕਿ ਅਸੀਂ ਇੱਕ ਕੁੜੀ ਦੇ ਇਨਸਾਫ ਦਿਵਾਉਣਾ, ਦੂਜੇ ਪਾਸੇ ਕੁੜੀਆਂ ਨਾਲ ਬਦਸਲੂਕੀ ਵੀ ਕਰ ਰਹੇ ਸੀ, ਬਦਸਲੂਕੀ ਕਰ ਰਹੇ ਸੀ ਮੇਰੇ ਉਸ ਮਤਲਬ ਧੱਕਾ ਮੁੱਕੀ ਦੇ ਦੌਰਾਨ ਮੇਰੇ ਸੱਟ ਵੀ ਵੱਜੀ, ਠੀਕ ਹੈ, ਮੇਰੀ ਬਾਂਹ ਤੇ ਨੀਲ ਪਏ, ਮੈਂ ਥੱਲੇ ਡਿੱਗੀ, ਮੇਰੇ ਸੱਟਾਂ ਵੱਜੀਆਂ, ਠੀਕ ਹੈ। ਉਹ ਚੁੰਨੀਆਂ ਖਿੱਚੀਆਂ ਗਈਆਂ ਸਾਡੀਆਂ ਉੱਥੇ ਕੁੜੀਆਂ ਦੀਆਂ, ਠੀਕ ਹੈ, ਇਹ ਨਾਲ ਬੈਠੇ ਨੇ, ਇਹਨਾਂ ਦੀ ਟੀ-ਸ਼ਰਟ ਦੇ ਵਿੱਚ ਵੀ ਉਹਨਾਂ ਨੇ ਹੱਥ ਪਾਇਆ, ਹੈ ਨਾ। ਮਤਲਬ ਜੇ ਉਹ ਤੁਸੀਂ ਇੱਕ ਕੁੜੀ ਦੇ ਇਨਸਾਫ ਲਈ ਲੜ ਰਹੇ ਹੋ ਤਾਂ ਦੂਜੇ ਪਾਸੇ ਤੁਸੀਂ ਤੁਹਾਡਾ ਕੁੜੀਆਂ ਦੇ ਨਾਲ ਵਿਹਾਰ ਕਿਸ ਤਰ੍ਹਾਂ ਦਾ ਹੈ? ਪਿੱਛੇ ਉਹ ਕਹਿ ਰਹੇ ਸੀ ਚੱਕ ਦੋ, ਮਾਰ ਦੋ, ਕੁੱਟ ਦੋ, ਸੁੱਕਾ ਨਹੀਂ ਜਾਣ ਦੇਣਾ। ਇਹ ਮੈਂ ਉੱਥੇ ਮਤਲਬ ਉੱਥੇ ਮੈਂ ਸੀਗੀ, ਮੌਜੂਦ ਸੀ, ਤੇ ਮੈਂ ਆਪਣੇ ਕੰਨੀ ਗੱਲਾਂ ਸੁਣੀਆਂ ਨੇ ਜੋ ਉੱਥੇ ਦਾ ਮਾਹੌਲ ਸੀ। ਸਰ ਉੱਥੇ ਬੈਠ ਕੇ ਗੱਲਬਾਤ ਕਰਨਾ ਚਾਹ ਰਹੇ ਸੀ, ਸਾਨੂੰ ਇਸ ਵਿੱਚ ਲੋਕ ਬੱਚੇ ਨੇ ਤੇ ਗੱਲ ਟੀਚਰ ਨੇ ਸੁਣਨੀ ਹੁੰਦੀ ਹੈ, ਸੁਣਦੇ ਹਾਂ, ਪਰ ਉੱਥੇ ਗੱਲਬਾਤ ਵਾਲਾ ਕੋਈ ਮਾਹੌਲ ਨਹੀਂ ਸੀ।
ਉਹ ਬਸ ਇਹ ਸੀ ਵੀ ਇੱਕ ਸਾਨੂੰ ਮਤਲਬ ਕੋਈ ਹਿੰਟ ਮਿਲੇ ਤੇ ਅਸੀਂ ਸਰ ਤੇ ਅਟੈਕ ਕਰੀਏ ਤੇ ਪਿੱਛੋਂ ਬਸ ਐਵੇਂ ਹੀ ਹੋਇਆ ਕਿ ਅਫਵਾਹ ਹੀ ਆ ਵੀ ਚੱਕ ਦੋ ਤੇ ਉਦੋਂ ਹੀ ਸਰ ਤੇ ਇਹਨਾਂ ਨੇ ਅਟੈਕ ਕਰ ਦਿੱਤਾ ਕਿਉਂ ਛੋਟੇ ਵੱਲੋਂ ਜਿਹਨਾਂ ਨੂੰ ਉਹ ਵਿਦਿਆਰਥੀ ਕਹਿ ਕੇ ਡਿਫੈਂਡ ਕਰ ਰਹੇ ਨੇ ਕਿ ਵਿਦਿਆਰਥੀਆਂ ਦਾ ਇਹ ਬਣਦਾ ਕਿ ਉਹ ਕਾਨੂੰਨ ਨੂੰ ਆਪਣੇ ਹੱਥ 'ਚ ਲੈਣ ਤੇ ਇੱਕ ਟੀਚਰ ਨੂੰ ਸ਼ਰੇਆਮ ਏਦਾਂ ਮਤਲਬ ਉਹਨਾਂ ਤੇ ਜਾਨਲੇਵਾ ਹਮਲਾ ਕਰਨ। ਇਸ ਮਸਲੇ ਨੂੰ ਸਿੱਖ ਵਰਸਿਸ ਕਾਮਰੇਡ ਵੀ ਬਣਾਇਆ ਗਿਆ, ਤੁਸੀਂ ਬਹੁਤ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ ਤੇ ਦੇਖੀਆਂ ਹੋਣੀਆਂ ਨੇ। ਸਾਡੇ ਨਾਲ ਵੀ ਇੱਕ ਸ਼ਖਸ ਨੇ ਇੰਟਰਵਿਊ ਕੀਤੀ ਤੇ ਮੇਰੀ ਗੁਸਤਾਖੀ ਮਾਫ਼ ਕਰਨਾ ਕਿਉਂਕਿ ਉਹਨਾਂ ਨੇ ਜੋ ਲਫ਼ਜ਼ ਵਰਤੇ ਸੀ ਮੈਂ ਉਹ ਦੁਹਰਾਊਂਗਾ। ਉਹਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਸਟੂਡੈਂਟਸ ਜੋ ਫੇਵਰ ਕਰ ਰਹੀਆਂ ਨੇ ਪ੍ਰੋਫੈਸਰ ਸੁਰਜੀਤ ਦਾ, ਉਹ ਇੱਦਾਂ ਨੇ ਜਿਵੇਂ ਰਾਮ ਰਹੀਮ ਦੀਆਂ ਪ੍ਰੇਮਣਾ ਹੁੰਦੀਆਂ ਨੇ, ਇਹਨਾਂ ਨੇ ਆਪਣਾ ਇੱਕ ਸੈਕਟ ਬਣਾਇਆ ਹੋਇਆ ਇੰਸਟੀਟਿਊਟ ਦੇ ਵਿੱਚ। ਇੱਥੇ ਤੁਹਾਨੂੰ ਮੈਂ ਇਹੀ ਦੱਸਣਾ ਚਾਹੁੰਦੇ ਹਾਂ ਵੀ ਅਸੀਂ ਦੋਨੋਂ ਸਿੱਖ ਪਰਿਵਾਰਾਂ ਨਾਲ ਸੰਬੰਧਿਤ ਹਾਂ, ਠੀਕ ਹੈ, ਅਸੀਂ ਸਿੱਖ ਪਰਿਵਾਰ ਦੀਆਂ ਕੁੜੀਆਂ, ਸਾਡੀਆਂ ਮੰਮੀਆਂ ਨੇ, ਸਾਡੀ ਮਾਂ ਨੇ ਅਮਰੇ ਛਕਿਆ ਹੋਇਆ, ਠੀਕ ਹੈ, ਨਿਤਨੇਮ ਕਰਨ ਵਾਲੀਆਂ ਉਹ ਹੈਗੀਆਂ ਨੇ, ਅਸੀਂ ਫਿਰ ਵੀ ਸਰ ਦੀ ਸਪੋਰਟ ਕਰ ਰਹੇ ਹਾਂ ਕਿਉਂਕਿ ਜੋ ਗੱਲ ਸੱਚ ਹੈ, ਜੋ ਐਕਚੁਅਲ ਚ ਗੱਲ ਹੈ ਉਹ ਹੈ ਧਰਮ ਕੀ ਸਿਖਾਉਂਦਾ ਤੁਹਾਨੂੰ ਬੇਸਿਕਲੀ, ਜਿਹਦੀ ਉਹ ਮੰਨ ਲਓ ਗੱਲ ਕਰ ਰਹੇ ਨੇ ਉਹ ਕਿਸ ਤਰ੍ਹਾਂ ਦੀ, ਉਹ ਇੱਕ ਕੁੜੀ ਦੇ ਲਈ ਲੜ ਰਹੇ ਨੇ, ਪਹਿਲਾਂ ਤੁਸੀਂ ਇਹ ਦੇਖੋ ਇੱਕ ਕੁੜੀ ਲਈ ਲੜ ਰਹੇ ਨੇ ਉਹਨਾਂ ਦੇ ਨਾਲ ਕਿੰਨੀਆਂ ਕੁੜੀਆਂ ਨੇ, ਠੀਕ ਹੈ, ਧਰਨਾ ਹੁਣ ਉਹ ਲਗਾ ਕੇ ਬੈਠੇ ਨੇ, ਕਿੰਨੀਆਂ ਕੁੜੀਆਂ ਉਹਨਾਂ ਦੀ ਸਪੋਰਟ ਦੇ ਵਿੱਚ ਹੈਗੀਆਂ ਨੇ, ਠੀਕ ਹੈ, ਫਿਰ ਉਹ ਅਲੱਗ ਅਲੱਗ ਆਈਡੀਆਂ ਤੋਂ, ਫੇਕ ਆਈਡੀਜ਼ ਤੋਂ ਜਾਂ ਕਿਸੇ ਦੇ ਥਰੂ ਜਿੰਨੀ ਭੱਦੀ ਸ਼ਬਦਾਵਲੀ ਉਹ ਵਰਤ ਰਹੇ ਨੇ, ਤਾਂ ਫਿਰ ਸਾਡਾ ਅਕਸ ਉਹਦੇ ਨਾਲ ਖਰਾਬ ਨਹੀਂ ਹੁੰਦਾ। ਅਸੀਂ ਵੀ ਕੁੜੀਆਂ, ਅਸੀਂ ਵੀ ਵਿਦਿਆਰਥਣਾਂ ਆ ਨਾ, ਅਸੀਂ ਇੱਥੇ ਮਿਹਨਤ ਕਰਕੇ ਯੂਨੀਵਰਸਿਟੀ ਦੇ ਵਿੱਚ ਪਹੁੰਚੇ, ਆਪਣੀ ਪੜ੍ਹਾਈ ਲਿਖਾਈ ਕਰ ਰਹੇ ਹਾਂ ਤੇ ਉਹ ਕਿਸ ਤਰ੍ਹਾਂ ਸਾਨੂੰ ਮਤਲਬ ਬੋਲ ਰਹੇ ਨੇ, ਕਿਸ ਤਰ੍ਹਾਂ ਦੀ ਸ਼ਬਦਾਵਲੀ ਵਰਤ ਰਹੇ ਨੇ। ਹੁਣ ਅਸੀਂ ਵੀ ਸਿੱਖ ਕੁੜੀਆਂ ਤਾਂ ਦੱਸੋ ਫਿਰ ਹੁਣ ਜੀ। ਨਾਲੇ ਸਰ ਇਹ ਨਾ ਜਿਹੜਾ ਮਸਲਾ ਹੈ ਇਹ ਸਿੱਖ ਕਾਮਰੇਡ ਵਾਲਾ, ਅਸਲ ਚ ਪਤਾ ਕੀ, ਕਈ ਵਾਰੀ ਤੁਸੀਂ ਹੋਰ ਲੋਕਾਂ ਨੂੰ ਜੋੜਨਾ ਹੁੰਦਾ ਜਿਹੜਾ ਉਹ ਕੋਸ਼ਿਸ਼ ਕਰ ਰਹੇ ਨੇ, ਹਨਾ, ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇੱਕ ਵਿਦਿਆਰਥੀ ਨਾਲ ਉਹਨੇ ਨਹੀਂ ਜੁੜਨਗੇ, ਹਨਾ, ਤਾਂ ਸਿੱਖ ਧਰਮ ਦੇ ਉਹਦੇ ਤੇ ਜਦੋਂ ਤੁਸੀਂ ਕਰਦੇ ਹੋ ਨਾ ਕਿ ਇਹ ਧਰਮ ਬਨਾਮ ਕਾਮਰੇਡ ਦਾ ਮਸਲਾ ਹੋ ਗਿਆ ਵੀ ਪ੍ਰੋਫੈਸਰ ਤਾਂ ਕਾਮਰੇਡ ਸੀ, ਇੱਧਰ ਆਪਾਂ ਸਾਰੇ ਸਿੱਖ ਧਰਮ ਲਈ, ਤਾਂ ਉੱਥੇ ਓਬਵੀਅਸ ਗੱਲ ਹੈ ਕਿ ਬਹੁਤ ਜਾਣੇ ਉਹ ਚਾਹੁੰਦੇ ਨੇ ਕਿ ਸਾਡੇ ਨਾਲ ਜੁੜਨ। ਕੁੜੀ ਦਾ ਮਸਲਾ, ਇਹ ਕਹਿੰਦੇ ਨੇ ਕਿ ਇੱਕ ਕੁੜੀ ਮਾਰਤੀ, ਹਨਾ, ਜਿਹੜਾ ਇਹ ਕਲੇਮ ਕਰਦੇ ਨੇ, ਹਨਾ, ਜਿਹੜਾ ਕਿ ਝੂਠਾ ਵੀ ਹੋ ਗਿਆ। ਦੂਜਾ ਇਹ ਕਹਿੰਦੇ ਨੇ ਕਿ ਕੁੜੀਆਂ ਨਾਲ ਬਦਤਮੀਜ਼ੀ ਕਰਦੇ ਨੇ। ਫਿਰ ਤੁਸੀਂ ਇਹ ਪੁੱਛਿਓ ਕਿ ਜਦੋਂ ਤੁਸੀਂ ਧਰਨੇ ਲਾਉਂਦੇ ਹੋ ਤਾਂ ਮੁੰਡੇ ਹੀ ਕਾਹਤੋਂ ਹੁੰਦੇ ਹੋ, ਕੁੜੀਆਂ ਕਿੱਥੇ ਨੇ ਬਈ, ਹਨਾ। ਜੇ ਡਾਕਟਰ ਸੁਰਜੀਤ ਇੰਨੇ ਹੀ ਗਲਤ ਹੁੰਦੇ ਤਾਂ ਉਹਨਾਂ ਚ ਇਹ ਹੋ ਸਕਦਾ ਸੀਗਾ ਕਿ ਬਰਾਬਰ ਮੁੰਡੇ ਖੜੇ ਨੇ, ਬਰਾਬਰ ਕੁੜੀਆਂ ਖੜੀਆਂ ਨੇ, ਕੀ ਜੇ ਉਹ ਸੱਚੀ ਮੁੱਚੀ ਗਲਤ ਹੁੰਦੇ ਅਸੀਂ ਖੜਦੇ? ਕੁੜੀਆਂ ਨੇ ਕੰਪਲੇਂਟ ਬਕਾਇਦਾ ਕੀਤੀ ਹੋਈ ਆ, ਕਮੇਟੀ ਦੇ ਕੋਲ ਵੀ ਆਪਣਾ ਪੱਖ ਰੱਖ ਰਹੀਆਂ ਨੇ ਕਿ ਉਹਨਾਂ ਦੇ ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ, ਪਿੰਡ ਦੇ ਸਰਪੰਚਾਂ ਵੱਲੋਂ ਕਵਾਇਆ ਜਾ ਰਿਹਾ, ਜਾਂ ਉਹਨਾਂ ਦੇ ਮਾਪਿਆਂ ਨੂੰ ਕਿਹਾ ਜਾ ਰਿਹਾ ਕਿ ਤੁਹਾਡੀ ਡਿਗਰੀ ਰੋਲ ਦੇਵਾਂਗੇ, ਏਦਾਂ ਦਾ ਵੀ ਹੋ ਰਿਹਾ ਕੁਛ? ਸਰ ਇਹ ਤਾਂ ਨਾ ਸਿਰਫ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ, ਹੁਣ ਮਤਲਬ ਇਹ ਜਦੋਂ ਅਸੀਂ ਸੁਣੀ ਨੀ ਸਾਡੇ ਕੋਲ ਕੋਈ ਪ੍ਰੂਫ ਨੀ ਹੈਗਾ, ਹਨਾ, ਵੀ ਆਪਾਂ ਨੂੰ ਕਿਹੜਾ ਉਹਨਾਂ ਨੇ ਕੋਈ ਐਵੇਂ ਪ੍ਰੂਫ ਸਾਬਿਤ ਕਰਤਾ ਕਿ ਆਹ ਲਓ ਜੀ ਪ੍ਰੂਫ, ਉਹ ਕੁੜੀ ਨੇ ਏਦਾਂ ਕਿਹਾ ਹੀ ਕਿਹਾ। ਇਹ ਤਾਂ ਪਤਾ ਨੀ ਕੁੜੀਆਂ ਮਤਲਬ ਕਿੱਥੋਂ ਕੁੜੀਆਂ ਦੀਆਂ ਗੱਲਾਂ ਇਹਨਾਂ ਕੋਲ ਸਾਹਮਣੇ ਆ ਰਹੀਆਂ ਨੇ, ਕਿਹੜੀਆਂ ਉਹ ਕਿਹੜੇ ਪ੍ਰੂਫ ਨੇ ਇਹਨਾਂ ਕੋਲ, ਉਸ ਦੇ ਆਧਾਰ ਤੇ ਮਤਲਬ ਆਪਣੀਆਂ ਗੱਲਾਂ ਕਰੀ ਜਾ ਰਹੇ ਨੇ ਕਿ ਸਾਨੂੰ ਧਮਕਾਇਆ ਜਾ ਰਿਹਾ, ਕਿਉਂਕਿ ਤੁਸੀਂ ਸਪੋਰਟ ਵੀ ਲੈਣੀ ਹੁੰਦੀ ਹੈ ਤੇ ਹੁਣ ਉਹ ਕੁੜੀਆਂ ਪਿੱਛੇ ਇਸ ਲਈ ਹਟ ਰਹੀਆਂ ਨੇ ਕਿਉਂਕਿ ਜੀ ਉਹਨਾਂ ਨੂੰ ਧਮਕਾਇਆ ਜਾ ਰਿਹਾ। ਤਾਂ ਮੈਂ ਇੱਕ ਵਾਰ ਫਿਰ ਉਹੀ ਸਵਾਲ ਕਰੂੰਗਾ ਕਿ ਸਿੱਖ ਵਰਸਿਸ ਕਾਮਰੇਡ ਬਣਾਉਣਾ, ਚਲੋ ਤੁਸੀਂ ਕਹਿਤਾ ਕਿ ਲੋਕ ਜੋੜਨੇ ਆ, ਪਰ ਜਿਹੜੇ ਸਟੂਡੈਂਟਸ ਮਾਰਕੁੱਟ ਤੱਕ ਚਲੇ ਗਏ, ਇਹਨਾਂ ਦੇ ਪਿੱਛੇ ਫਿਰ ਕੀ ਕਾਰਨ ਕੀ ਆ, ਕੋਈ ਪਰਸਨਲ ਰੰਜਿਸ਼ ਆ, ਕਿੱਥੋਂ ਇਹ ਸਾਰੀ ਚੀਜ਼ ਕਿਉਂ ਇੰਨੀ ਲਮਕਾਈ ਜਾ ਰਹੀ ਆ, ਹਾਲੇ ਵੀ ਵੱਧ ਰਹੀ ਆ? ਸਰ ਮਤਲਬ ਮੈਨੂੰ ਨੀ ਲੱਗਦਾ ਹੈਗਾ ਕਿ ਇਹ ਸਿਰਫ ਇਹ ਜਿਵੇਂ ਕਲੇਮ ਕਰਦੇ ਨੇ
ਪਰਚਿਆਂ ਚੋਂ ਹੁਣ ਜਾਂ ਆਪਣੀ ਜਿਹੜੀ ਇਹਨਾਂ ਦੀ ਸਸਪੈਂਸ਼ਨ ਹੋਈ ਆ ਬੱਚਿਆਂ ਦੀ ਉਹ ਚੋਂ ਬਾਹਰ ਆਉਣ ਲਈ ਕਿ ਉਹ ਤਾਂ ਜੀ ਐਟ ਅ ਟਾਈਮ ਜੋ ਵਾਪਰਨਾ ਸੀ ਵਾਪਰ ਗਿਆ, ਅਸੀਂ ਭੜਕ ਗਏ ਜਾਂ ਜੋ ਵੀ, ਪਰ ਬੱਚੇ ਕਦੇ ਵੀ ਇੰਨੇ ਉਹ ਹੋ ਨਹੀਂ ਸਕਦੇ ਜਿੰਨੀ ਦੇਰ ਜਿਵੇਂ ਹੁਣ ਇਹਨਾਂ ਨੇ ਗੱਲ ਕੀਤੀ ਹੈ ਕਿ ਉਹਨਾਂ ਨੂੰ ਲਾਇਬ੍ਰੇਰੀ ਚੋਂ ਕੱਢ ਕੇ ਲਿਆਂਦਾ ਗਿਆ। ਇੱਕ ਟਾਈਮ ਤੇ ਬੰਦਾ ਇਮੋਸ਼ਨਲ ਹੋ ਜਾਂਦਾ, ਪਰ ਮੈਨੂੰ ਲੱਗਦਾ ਅਸੀਂ ਉਹ ਬੱਚਿਆਂ ਨੂੰ ਪੜ੍ਹਾ ਰਹੇ ਹਾਂ, ਹੈ ਨੇ ਉਹ ਥੋੜੇ ਜਿਹੇ ਬਹੁਤ ਸਹੀ ਵੀ ਨੇ, ਬਦਤਮੀਜ਼ ਵੀ ਨੇ, ਦੋਨੋਂ ਕਿਸਮ ਦੇ ਹੈਗੇ ਆ, ਪਰ ਇੱਕ 18 ਸਾਲ ਦਾ ਬੱਚਾ ਪਹਿਲ ਨਹੀਂ ਕਰ ਸਕਦਾ ਹੱਥ ਚੁੱਕਣ ਤੇ। ਇਹ ਹੋ ਹੀ ਨਹੀਂ ਸਕਦਾ ਕਿ ਉੱਥੇ ਕੋਈ ਮਤਲਬ ਫਿਪ ਦਾ ਬੱਚਾ ਸੁਰਜੀਤ ਡਾਕਟਰ ਜਾਂ ਕਿਸੇ ਵੀ ਪ੍ਰੋਫੈਸਰ ਤੇ ਪਹਿਲ ਕਰ ਜੂਗਾ ਅਟੈਕ ਕਰਨ ਦੀ। ਇਹਦਾ ਮਤਲਬ ਹੈ ਕਿ ਪਹਿਲ ਜਿਹਨੇ ਕੀਤੀ, ਜਿਹੜੇ ਉਹ 4-5 ਸੀ, ਈਵਨ ਕਿ ਫਿਪ ਵਾਲੇ ਬੱਚੇ ਤਾਂ ਬਾਹਲੇ ਉਹਨਾਂ ਚ ਹੈ ਵੀ ਨਹੀਂ ਸੀ। ਜਿਹੜੀ ਕੁੜੀ ਸੀ ਉਹ ਫਿਪ ਵਾਲੀ ਸੀ, ਜਿਹੜਾ ਇੱਥੇ 5 ਈਅਰ ਇੰਟੀਗ੍ਰੇਟਡ ਕੋਰਸ ਸ਼ੁਰੂ ਹੋਇਆ, ਵੀ 12ਵੀਂ ਤੋਂ ਬਾਅਦ ਹੀ ਬੱਚੇ ਆ ਜਾਂਦੇ ਨੇ, ਉਹਨਾਂ ਦੀ ਸਮਝ ਵੀ ਨਹੀਂ ਹੁੰਦੀ, ਤੇ ਉਹਨਾਂ ਉਹ ਬੱਚੇ ਤਾਂ ਇੰਨੇ ਹੈ ਵੀ ਨਹੀਂ ਸੀ, ਸਾਰੇ ਵੱਡੇ ਸੀ। ਤੇ ਫਿਰ ਤੁਹਾਡੇ ਤੁਸੀਂ ਜਦੋਂ ਪਰਟੀਕੁਲਰ ਇੱਕ ਅਫਵਾਹ ਨੂੰ ਬੇਸ ਬਣਾ ਰਹੇ ਹੋ ਤੇ ਉਹਦੇ ਆਧਾਰ ਤੇ ਤੁਸੀਂ ਕੁੱਟਮਾਰ ਕੀਤੀ, ਇਹਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਕਿ ਐਟ ਅ ਟਾਈਮ ਹੋ ਗਿਆ, ਕਿਉਂਕਿ ਤੁਸੀਂ ਭੁੱਲ ਗਏ ਸੀ ਐਟ ਅ ਟਾਈਮ ਕਿ ਉਹ ਪ੍ਰੋਫੈਸਰ ਹੈ ਤੇ ਉਹ ਬੈਠਾ ਹੀ ਤੁਹਾਨੂੰ ਸਵਾਲਾਂ ਦੇ ਜਵਾਬ ਦੇ ਰਿਹਾ। ਇਹ ਟੀਚਰ ਵੀ ਨੇ, ਇਹਨਾਂ ਦੇ ਸਟੂਡੈਂਟ ਵੀ ਉੱਥੇ ਸ਼ਾਮਿਲ ਸੀ। ਹਾਂ, ਈਵਨ ਕਿ ਜਿਵੇਂ ਮੰਨ ਲਓ ਉੱਥੇ ਇਹ ਫਿਪ ਵਾਲੇ ਸਾਰੇ ਡਿਪਾਰਟਮੈਂਟਸ ਚ ਕੋਰਸ ਚੱਲਦੇ ਆ, ਅਸੀਂ ਪੜ੍ਹਾਉਂਦੇ ਹਾਂ ਅੱਧੀ ਜਗ੍ਹਾ ਸਾਡੇ ਨਾਲ ਦੇ ਪੜ੍ਹਾ ਰਹੇ ਨੇ ਸਾਰੇ, ਪਰ ਬੱਚੇ ਇਹ ਨਹੀਂ ਹੁੰਦਾ ਕਿ ਤੁਸੀਂ ਉਹਨਾਂ ਨੂੰ ਐਜ਼ ਅ ਟੀਚਰ ਪੜ੍ਹਾ ਰਹੇ ਹੋ ਉਸੇ ਪਰਟੀਕੁਲਰ ਬੱਚੇ ਨੂੰ ਜਿਹੜਾ ਤੁਹਾਡੇ ਉੱਥੇ ਅਟੈਕ ਕਰ ਰਿਹਾ, ਬਟ ਇਹ ਹੁੰਦਾ ਕਿ ਉਹ ਜਾਣਦਾ ਹੁੰਦਾ ਕਿ ਇਹ ਟੀਚਰ ਹੈ। ਠੀਕ ਹੈ, ਇੱਕ ਮੰਨ ਲਓ ਹੁਣ ਉਹ ਬੱਚਿਆਂ ਨੂੰ ਇੰਨੀ ਸੈਂਸ ਵੀ ਨਹੀਂ ਸੀਗੀ ਕਿ ਸਾਡੇ ਇਹਨਾਂ ਨੇ ਵੀ ਪੜ੍ਹਾਇਆ, ਮੈਂ ਤਾਂ ਪੜ੍ਹਾ ਹੀ ਰਹੀ ਹਾਂ, ਹਨਾ, ਕਿ ਉਹਨਾਂ ਨੂੰ ਇੰਨਾ ਨਹੀਂ ਸੀ ਪਤਾ ਕਿ ਠੀਕ ਹੈ ਜੇ ਪ੍ਰੋਟੈਕਟ ਕਰਨ ਆ ਰਹੇ ਨੇ ਇਹ ਵੀ ਸਾਡੇ ਟੀਚਰ ਨੇ, ਕੀ ਉਹਨਾਂ ਦਾ ਇਹ ਹੱਕ ਬਣਦਾ ਸੀਗਾ ਕਿ ਸਾਨੂੰ ਵੀ ਖਿੱਚਣ ਉਹ, ਮਤਲਬ ਕੱਲ ਦਾ 17-18 ਸਾਲ ਦਾ ਜਵਾਕ ਸਾਨੂੰ ਪੜ ਰਿਹਾ, ਇਹਦਾ ਮਤਲਬ ਹੈ ਇਹ ਚੀਜ਼ਾਂ ਗਲਤ ਨੇ। ਫੀਮੇਲ ਟੀਚਰ ਉੱਤੇ ਵੀ ਇਸ ਤਰੀਕੇ ਧੱਕਾ ਮੁੱਕੀ ਹੋਈ ਉਦੋਂ ਸਰ ਹੋਇਆ? ਹਾਂਜੀ, ਇਹ ਨਾ ਇਹ ਹੋਇਆ ਕਿ ਜਦੋਂ ਉਹਨਾਂ ਨੇ ਡਾਕਟਰ ਸੁਰਜੀਤ ਨੂੰ ਉਹਨਾਂ ਤੇ ਅਟੈਕ ਕਰਤਾ, ਪਹਿਲਾਂ ਤਾਂ ਉਹਨਾਂ ਨੇ ਸਾਡੇ ਚੋਂ ਕਿਸੇ ਨੂੰ ਐਂਟਰ ਹੀ ਨਹੀਂ ਕਰਨ ਦਿੱਤਾ ਹੈਗਾ, ਤੇ ਅਸੀਂ ਸੀਰੀਅਸਲੀ ਐਂਟਰ ਉਸ ਤਰ੍ਹਾਂ ਹੋ ਵੀ ਨਹੀਂ ਸੀ ਰਹੇ, ਕਿਉਂਕਿ ਸਾਨੂੰ ਇੰਨਾ ਵਿਸ਼ਵਾਸ ਸੀ ਕਿ ਸਰ ਨੂੰ ਖੁਦ ਨੂੰ ਵਿਸ਼ਵਾਸ ਸੀ ਬੱਚਿਆਂ ਤੇ, ਇਸ ਲਈ ਉਹ ਪਬਲਿਕਲੀ ਉਹਨਾਂ ਚ ਆਏ ਕਿ ਬੱਚਿਆਂ ਦੇ ਕੋਈ ਨੀ ਸਵਾਲ ਨੇ, ਜੇ ਮੈਂ ਜਵਾਬ ਨਹੀਂ ਦਊਂਗਾ ਉਹ ਗਲਤ ਹੋਊ, ਮੈਂ ਜਵਾਬ ਦੇਣੇ ਆ ਨਾ। ਉਹ ਉਹਨਾਂ ਚ ਬੈਠੇ ਇੰਨੇ ਬੱਚਿਆਂ ਚ ਇੱਕੋ ਦਮ ਅਟੈਕ ਹੋ ਗਿਆ। ਡਾਕਟਰ ਸੁਰਜੀਤ ਦੇ ਫੇਵਰ ਵਾਲੇ ਕਿਸੇ ਵੀ ਬੰਦੇ ਨੂੰ ਉਹ ਉਹਨਾਂ ਦੇ ਕੋਲ ਨੀ ਸੀ ਜਾਣ ਦੇ ਰਹੇ, ਜਿਹੜੇ ਪਹਿਲਾਂ ਤੋਂ ਹੀ ਉਹਨਾਂ ਨਾਲ ਸਟਾਰਟਿੰਗ ਚ ਚੱਲ ਪਏ ਬਸ ਉਹੀ ਨਾਲ ਸੀ, ਅਸੀਂ ਵੀ ਸਾਰੇ ਪਿੱਛੇ ਹੀ ਖੜੇ ਸੀ। ਜਦੋਂ ਇੱਕੋ ਦਮ ਅਟੈਕ ਹੁੰਦਾ ਹੈ ਉੱਥੇ ਆਵਾਜ਼ਾਂ ਆਉਣੀਆਂ ਸ਼ੁਰੂ ਹੁੰਦੀਆਂ ਨੇ ਕਿ ਉਹ ਚੱਕਦਾ, ਮਾਰਦਾ, ਕਰਦਾ ਕੰਮ ਇਹ ਸਾਰਾ, ਅਸੀਂ ਤੁਸੀਂ ਘਬਰਾ ਜਾਂਦੇ ਹੋ ਇੱਕੋ ਦਮ ਕਿ ਕੀ ਹੋ ਗਿਆ ਨਾ। ਅਸੀਂ ਉਦੋਂ ਕੋਸ਼ਿਸ਼ ਕੀਤੀ ਭੱਜ ਕੇ ਸਰ ਦੇ ਕੋਲ ਜਾਣ ਦੀ, ਸਾਨੂੰ ਵੀ ਮਤਲਬ ਐਂਟਰ ਕਰਦੀ ਸਾਰ ਪਿੱਛੇ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਹੈ ਨਾ, ਤੁਸੀਂ ਕੱਪੜਿਆਂ ਤੋਂ ਹੀ ਫੜ ਕੇ ਖਿੱਚਦੇ ਹੁੰਦੇ ਹੋ ਕਿਸੇ ਬੰਦੇ ਨੂੰ, ਕੋਸ਼ਿਸ਼ ਕੀਤੀ ਗਈ। ਉਸ ਤੋਂ ਬਾਅਦ ਤੁਸੀਂ ਦੇਖਦੇ ਹੋ ਕਿ ਫਿਪ ਵਾਲੇ ਬੱਚੇ ਵਿੱਚ ਜਿਹੜੇ ਇੰਨੇ ਨਹੀਂ ਸੀਗੇ, ਵੱਡੇ ਬੰਦੇ ਜ਼ਿਆਦਾ ਸੀਗੇ, ਤੇ ਕੀ ਚਲੋ ਜਿੰਨੇ ਵੀ ਉਹਨਾਂ 'ਚ ਸੀਗੇ ਕਿ ਉਹਨਾਂ ਦਾ ਇਹ ਬਣਦਾ ਸੀਗਾ ਕਿ ਕਿਸੇ ਕੁੜੀ ਦੀ ਚੁੰਨੀ ਲਾ ਰਹੇ ਨੇ, ਉਹ ਕਿਸੇ ਨੂੰ ਖਿੱਚ ਰਹੇ ਨੇ, ਕਿਸੇ ਦੇ ਮਾਰ ਰਹੇ ਨੇ, ਕਿਸੇ ਦੇ ਪੇਟ 'ਚ ਲੱਤਾਂ ਮਾਰ ਰਹੇ ਨੇ, ਕਿ ਠੀਕ ਹੈ ਤੁਸੀਂ ਇੱਕ ਬੰਦੇ ਨੂੰ ਟਾਰਗੇਟ ਕਰਿਆ ਫਿਰ ਠੀਕ ਹੈ ਉਹਨੂੰ ਕਰੋ, ਕੁੜੀ ਕਰਕੇ ਤੁਸੀਂ ਆ ਰਹੇ ਹੋ ਤੇ ਬਾਕੀ ਕੁੜੀਆਂ ਨੇ ਕੁੱਟੀ ਜਾ ਰਹੇ, ਤੇ ਸਾਡੇ ਸਟੂਡੈਂਟ ਜਿਹੜੇ ਵੈਸੇ ਸਾਨੂੰ ਜਾਣਦੇ ਆ ਕਿ ਠੀਕ ਹੈ ਇਹ ਟੀਚਰ ਨੇ, ਸਾਡੇ ਨਾਲ ਕਾਹਦੀ ਰੰਜਿਸ਼ ਹੋ ਗਈ ਸੀ ਉਹਨਾਂ ਦੀ, ਈਵਨ ਕਿ ਅਸੀਂ ਤਾਂ ਕਿਸੇ ਦੇ ਹੱਥ ਵੀ ਨਹੀਂ ਸੀ ਚੱਕਿਆ, ਅਸੀਂ ਤਾਂ ਸਿਰਫ ਡਾਕਟਰ ਸੁਰਜੀਤ ਨੂੰ ਪ੍ਰੋਟੈਕਟ ਕਰ ਰਹੇ ਸੀਗੇ।
ਹਨਾ, ਕਿਉਂਕਿ ਭੀੜ ਦਾ ਮੂੰਹ ਨੀ ਹੁੰਦਾ ਤੇ ਭੀੜ ਮਾਰ ਕੇ ਕਹਿ ਦਿੰਦੀ ਹੈ, ਉਹਨੂੰ ਸਜ਼ਾ ਨੀ ਹੁੰਦੀ ਹੁੰਦੀ ਭੀੜ ਨੂੰ, ਹਨਾ। ਤੇ ਇਸ ਲਈ ਉਹਨਾਂ ਨੇ ਸਾਡੇ ਨਾਲ ਬਹੁਤ ਮਿਸਬਿਹੇਵ ਕੀਤਾ, ਜਿੰਨੇ ਵੀ ਮਤਲਬ ਕਿ ਮੁੰਡੇ ਵੀ ਐਂਟਰ ਹੋਏ ਜਿਹੜੇ, ਤੇ ਕੁੜੀਆਂ ਦਾ ਉਹਨਾਂ ਨੇ ਕੋਈ ਪਰਵਾਹ ਨੀ ਕੀਤੀ। ਤੇ ਇਹਨਾਂ ਕੋਲ ਕੋਈ ਕਲੇਮ ਨੀ, ਮਤਲਬ ਇਹ ਇਸ ਗੱਲ ਨੂੰ ਆਧਾਰ ਹੀ ਨੀ ਬਣਾ ਰਹੇ ਕਿ ਜੇ ਉਸ ਦਿਨ ਕੁੜੀਆਂ ਤੇ ਵੀ ਇਹਨਾਂ ਨੇ ਹਮਲਾ ਕੀਤਾ ਤਾਂ ਵੀ ਉਹ ਕੁੜੀਆਂ ਨੀ ਹੈਗੀਆਂ। ਤੁਸੀਂ ਇੱਕ ਪਾਸੇ ਦੀਆਂ ਕੁੜੀਆਂ ਦੀਆਂ ਗੱਲਾਂ ਕਰੀ ਜਾ ਰਹੇ ਹੋ, ਤਾਂ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਜੋ ਸਸਪੈਂਸ਼ਨ ਕਰ ਦਿੱਤੀ ਗਈ ਹੈ, ਤੁਹਾਨੂੰ ਲੱਗਦਾ ਉਹ ਰਿਵੋਕ ਹੋਣੀ ਚਾਹੀਦੀ ਹੈ, ਜਾਂ ਜਿਵੇਂ ਉਸ ਰਿਪੋਰਟ 'ਚ ਵੀ ਕਿਹਾ ਗਿਆ ਕਿ ਪ੍ਰੋਫੈਸ਼ਨਲ ਸਟੈਂਡਰਡਸ ਤੋਂ ਬਿਹੇਵੀਅਰ ਥੱਲੇ ਸੀ, ਤਾਂ ਕੀ ਤੁਹਾਨੂੰ ਲੱਗਦਾ ਕਿ ਪ੍ਰੋਫੈਸਰ ਸਾਹਿਬ ਦੁਬਾਰਾ ਆਉਣੇ ਚਾਹੀਦੇ ਯੂਨੀਵਰਸਿਟੀ ਦੇ ਵਿੱਚ, ਜਾਂ ਸਸਪੈਂਸ਼ਨ ਕਾਇਮ ਰਹਿਣੀ ਚਾਹੀਦੀ ਹੈ? ਸਾਨੂੰ ਤਾਂ ਸਰ ਇਹ ਲੱਗਦਾ ਕਿ ਪ੍ਰੋਫੈਸਰ ਸਾਹਿਬ ਵਾਪਿਸ ਆਉਣੇ ਚਾਹੀਦੇ ਆ, ਈਵਨ ਕਿ ਸਾਰਿਆਂ ਨੂੰ ਹੀ ਲੱਗਦਾ ਸਾਨੂੰ, ਅਸੀਂ ਤਾਂ ਹੈ ਹੀ ਇਸ ਉਹਦੇ ਤੇ ਆ ਨਾ, ਸਾਡੀ ਤਾਂ ਲੜਾਈ ਉਹ ਇਸ ਮਸਲੇ ਤੇ ਆ ਕਿ ਇੱਕ ਬੰਦੇ ਨੇ ਆਪਣੀ ਜ਼ਿੰਦਗੀ ਦੇ ਇੰਨੇ ਵਰੇ ਲਾ ਦੇ ਸਿਰਫ ਪੜ੍ਹਾਉਣ ਲਈ, ਤੇ ਜਿਹੜੇ ਲੋਕ ਉਹਨਾਂ ਤੇ ਬਿਨਾਂ ਸੋਚੇ ਸਮਝੇ ਇਲਜ਼ਾਮ ਲਾਈ ਜਾ ਰਹੇ ਨੇ ਨਾ, ਉਹਨਾਂ ਨੂੰ ਤਾਂ ਅਸਲ 'ਚ ਪਤਾ ਹੀ ਨਹੀਂ ਕਿ ਡਾਕਟਰ ਸੁਰਜੀਤ ਹੈ ਕੀ ਨੇ, ਹਨਾ। ਜਿਹੜੇ ਜਿਹੜੇ ਬੱਚਿਆਂ ਦੀ ਅੱਜ ਇਹ 2-4 ਦੀ ਗੱਲ ਕਰ ਰਹੇ ਨੇ, ਉਹੀ ਬੱਚਿਆਂ ਵਾਸਤੇ ਕਦੇ ਉਹਨਾਂ ਨੇ ਫੀਸਾਂ ਭਰਨੀ ਹੈ, ਕਦੇ ਉਹਨਾਂ ਨੇ ਕਿਸੇ ਲਈ ਬੈੱਡ ਲਵਾਉਣੇ, ਕਦੇ ਕੁਛ, ਮਤਲਬ ਹਰ ਚੀਜ਼ ਕਰਦੇ ਨੇ। ਜਿਵੇਂ ਮੈਂ ਤੁਹਾਨੂੰ ਇੱਕ ਘਟਨਾ ਦੱਸਦੀ ਹਾਂ, ਮੇਰੀ ਕਲਾਸ 'ਚ ਹੁਣ ਉਹ ਬੱਚੇ 5th ਸੈਮ 'ਚ ਹੋ ਗਏ ਹੋਣੇ, ਤੇ 6th 'ਚ ਐਮ ਸੀ ਐਸ ਡਿਪਾਰਟਮੈਂਟ ਦੀ ਇੱਕ ਲੜਕੀ ਸੀ, ਉਹਨੇ ਮੇਰੀ ਕਲਾਸ 'ਚ ਚੱਲਦੇ ਹੋਏ, ਮੈਂ ਪੜ੍ਹਾ ਰਹੀ ਹਾਂ, ਕਹਿੰਦੀ ਇੱਕ ਮਿੰਟ ਮੈਮ, ਇੱਕ ਮਿੰਟ ਕਹਿ ਕੇ ਉਹ ਖੜੀ ਹੋ ਕੇ ਉਹਨੇ ਪਿਛਲੇ ਲੜਕੇ ਦੇ ਮੂੰਹ 'ਤੇ ਥੱਪੜ ਮਾਰਿਆ। ਇਹ ਸੱਚੀ ਘਟਨਾ ਹੈ, ਮਤਲਬ ਮੈਂ ਉਸ ਤੋਂ ਬਾਅਦ ਉਹਦੇ 'ਤੇ ਅਟੈਕ ਕਰਨ ਲੱਗ ਗਈ ਚੱਲਦੀ ਕਲਾਸ ਦੇ ਵਿੱਚ, ਤੇ ਤੁਸੀਂ ਘਬਰਾ ਜਾਂਦੇ ਹੋ। ਚਲੋ ਫਿਰ ਮੈਂ ਥੋੜ੍ਹਾ ਜਿਹਾ ਉਹ ਕਰਕੇ ਉਹਨੂੰ ਬਾਹਰ ਲੈ ਗਏ 2 ਸਟੂਡੈਂਟ, ਤੇ ਮੈਂ ਗੇਟ ਬੰਦ ਕਰ ਲਿਆ ਕੁੜੀ ਨੂੰ ਬਾਹਰ ਉਹ ਕਰਕੇ, ਤੇ ਮੈਂ ਮੁੰਡੇ ਨੂੰ ਪੁੱਛਿਆ ਵੀ ਬੇਟਾ ਕੀ ਸੀ, ਕਿਉਂਕਿ ਮੁੰਡਾ ਡਰਿਆ ਬੈਠਾ ਸੀ। ਇਹ ਨਹੀਂ ਹੁੰਦਾ ਕਿ ਹਮੇਸ਼ਾ ਮੁੰਡਾ ਹੀ ਗਲਤ ਹੋਵੇ, ਮੁੰਡਾ ਮਤਲਬ ਪ੍ਰੋਟੈਕਟ ਕਰ ਰਿਹਾ ਸੀ, ਉਹ ਵੀ ਹੱਥ ਚੱਕ ਸਕਦਾ ਸੀ। ਇਹ ਘਟਨਾ ਮੈਂ ਅੱਗੇ ਸਰ ਨੂੰ ਦੱਸੀ ਕਿ ਸਰ ਇੱਦਾਂ ਸੀ, ਤੁਹਾਨੂੰ ਪਤਾ ਮੈਨੂੰ ਉਸ ਕੁੜੀ 'ਤੇ ਗੁੱਸਾ ਸੀ ਉਸ ਟਾਈਮ ਕਿ ਮੇਰੀ ਕਲਾਸ 'ਚ ਇੱਦਾਂ ਮਿਸਬਿਹੇਵ ਕੀਤਾ। ਡਾਕਟਰ ਸੁਰਜੀਤ ਨੇ ਉਹਨਾਂ ਦੇ ਕੋਆਰਡੀਨੇਟਰ ਨੂੰ ਫੋਨ ਕੀਤਾ, ਉਹਨਾਂ ਨੂੰ ਕਿਹਾ ਕਿ ਇਹ ਵਾਲੀ ਕੁੜੀ ਹੈ ਭਾਈ, ਉਹਨੂੰ ਫੋਨ ਕਰੋ, ਉਹਨੂੰ ਕੋਈ ਮੈਂਟਲੀ ਕੋਈ ਸਟ੍ਰੈਸ ਨਾ ਹੋਵੇ, ਕੋਈ ਪ੍ਰੋਬਲਮ ਨਾ ਹੋਵੇ, ਉਹਨਾਂ ਦੀ ਕੋਆਰਡੀਨੇਟਰ ਲੇਡੀ ਹੈ। ਤਾਂ ਉਹਨਾਂ ਨੇ ਉਸ ਬਾਰੇ ਸੋਚਿਆ ਕਿ ਉਹ ਚੱਲਦੀ ਕਲਾਸ 'ਚ ਜੇ ਇੰਨਾ ਕਰ ਸਕਦੀ ਹੈ ਤਾਂ ਮਤਲਬ ਉਹਦੇ ਮਾਇੰਡ 'ਤੇ ਕੋਈ ਬਰਡਨ ਚੱਲ ਰਿਹਾ ਹੋਣਾ, ਇੰਨਾ ਸੀਰੀਅਸ ਲੈਂਦੇ ਆ ਉਹ ਬੱਚਿਆਂ ਨੂੰ। ਤੇ ਅਸੀਂ ਮਤਲਬ ਕੱਲ੍ਹ ਕੋਈ ਜਾਣਦਾ ਵੀ ਨਹੀਂ ਆਪਸ ਦੀਆਂ, ਮੈਨੂੰ ਤਾਂ ਲੱਗਦਾ ਬਹੁਤ ਸਾਰੀਆਂ ਰੰਜਿਸ਼ਾਂ ਹੁੰਦੀਆਂ ਨੇ ਜਿਹੜੀਆਂ ਲੋਕ ਕੱਢ ਰਹੇ ਹੁੰਦੇ ਨੇ ਫਿਰ ਇੱਕ ਘਟਨਾ ਨੂੰ ਆਧਾਰ ਬਣਾ ਕੇ, ਹਨਾ। ਉਸ ਟਾਈਮ ਤੇ ਵੀ ਸੀਗਾ ਨਾ ਜਿਹੜਾ ਵੀ ਉਦੋਂ ਬੱਚੇ ਕਹਿ ਰਹੇ ਸੀ ਅਸੀਂ ਗੱਲ ਕਰਨੀ ਹੈ, ਹਨਾ, ਮਤਲਬ ਉਹਨਾਂ ਨੂੰ ਅਗਰ ਇਹੀ ਸੀ ਕਿ ਹਾਂਜੀ ਇੱਕ ਬੱਚੇ ਦੀ ਜਾਨ ਗਈ ਹੈ, ਬੇਵਕਤੀ ਮੌਤ ਗਈ ਹੈ, ਤਾਂ ਉਹਦੇ ਨਾਲ ਸੰਬੰਧਿਤ ਸਵਾਲ ਹੋਣੇ ਚਾਹੀਦੇ ਸੀ, ਪਰ ਉਹ ਆਪਣੀਆਂ ਰੰਜਿਸ਼ਾਂ ਦੀ ਗੱਲ ਕਰ ਰਹੇ ਸੀ ਕਿ ਤੁਸੀਂ ਇਹ ਤੂੰ ਸਾਡੇ ਨਾਲ ਆਹ ਕੀਤਾ, ਤੂੰ ਇਹ ਕੀਤਾ, ਤੂੰ ਉਹ ਕੀਤਾ, ਠੀਕ ਹੈ, ਉਹਨਾਂ ਦੀਆਂ ਆਪਣੀਆਂ ਰੰਜਿਸ਼ਾਂ ਸੀਗੀਆਂ। ਹੁਣ ਏਦਾਂ ਅਸੀਂ ਕਲਾਸ ਦੇ ਵਿੱਚ ਪੜ੍ਹਾਉਂਦੇ ਹਾਂ, ਅਸੀਂ ਵੀ ਜਵਾਕਾਂ ਨੂੰ ਝਿੜਕਦੇ ਹਾਂ, ਬੱਚੇ ਕਲਾਸ 'ਚ ਨਾ ਆਉਣ ਦੇ ਬਹਾਨੇ ਦੇਖੋ ਹੁਣ ਕਿਸ ਤਰ੍ਹਾਂ ਕਰਦੇ ਨੇ। ਮੇਰੀ ਕਲਾਸ ਦਾ ਇੱਕ ਬੱਚਾ ਸੀ ਫਤਿਹਗੜ੍ਹ ਸਾਹਿਬ ਤੋਂ ਆਉਂਦਾ ਸੀ ਖਾਸ, ਕਹਿੰਦਾ ਜੀ ਸਾਡੇ ਫਤਿਹਗੜ੍ਹ ਤੋਂ ਪਟਿਆਲੇ ਨੂੰ ਬੱਸ ਨਹੀਂ ਆਉਂਦੀ, 2 ਬੱਸਾਂ ਹੀ ਆਉਂਦੀਆਂ ਨੇ ਜੀ, 1 'ਚ ਮੈਂ ਆਉਣਾ। ਹੁਣ ਇਹ ਗੱਲ ਤੁਸੀਂ ਖੁਦ ਦੱਸੋ ਕਿ ਫਤਿਹਗੜ੍ਹ ਤੋਂ ਪਟਿਆਲੇ ਦੀ ਸਰਵਿਸ ਕਿੰਨੀ ਹੈ, ਹਨਾ। ਕੋਈ ਮਤਲਬ ਦੂਰ ਦਾ ਕੋਈ ਬੈਕਵਰਡ ਇਲਾਕਾ ਹੋਵੇ ਤਾਂ ਆਪਾਂ ਮੰਨ ਸਕਦੇ ਹਾਂ ਕਿ ਦਿੱਕਤ ਆ ਸਕਦੀ ਹੈ, ਤੇ ਸਾਡੀਆਂ ਜਥੇਬੰਦੀਆਂ ਫਿਰ ਕੀ ਕਰਦੀਆਂ ਨੇ, ਫੋਨ ਕਰਦੀਆਂ ਨੇ ਕਿ ਤੁਸੀਂ ਉਹਨਾਂ ਦੇ ਲੈਕਚਰ ਪੂਰੇ ਕਰੋ। ਤੁਹਾਨੂੰ ਕੀ ਪਤਾ ਬੱਚਾ ਕਿੱਥੇ ਹੈ, ਹਨਾ, ਉਹ ਆ ਕਿਉਂ ਨੀ ਰਿਹਾ ਕਲਾਸ 'ਚ, ਉਹਨੂੰ ਪਤਾ ਹੈ ਕਿ ਕਲਾਸ ਹੈ 9 ਵਜੇ, ਕਲਾਸ ਹੈ 9 ਤੋਂ 10, ਕਲਾਸ ਹੈ, ਤੁਹਾਨੂੰ ਕਲਾਸ ਦੇ ਵਿੱਚ ਹੋਣਾ ਚਾਹੀਦਾ, ਉਹ ਕਿੱਥੇ ਹੈ, ਕਿਉਂ ਨੀ ਆ ਰਿਹਾ, ਹਨਾ।
ਇੱਕ ਇੱਕ ਆਖਰੀ ਸਵਾਲ ਮੈਂ ਲਊਂਗਾ, ਕੋਸ਼ਿਸ਼ ਕਰਿਓ ਕਿ ਜਵਾਬ ਹਾਂ ਜਾਂ ਨਾ ਦੇ ਵਿੱਚ ਤੁਸੀਂ ਦਿਓ, ਕਿਉਂਕਿ ਸਭ ਤੋਂ ਵੱਡਾ ਜਿਹੜਾ ਓਬਜੈਕਟਿਵ ਕੁਐਸਚਨ ਤੁਹਾਡੇ ਵਿਰੋਧੀ ਇਹੀ ਪੁੱਛਣਗੇ ਕਿ ਜਿਹੜੀਆਂ ਕੁੜੀਆਂ ਫਿਰ ਇੱਕ ਕਲੇਮ ਕਰ ਰਹੀਆਂ ਨੇ ਕਿ ਸਾਡੇ ਨਾਲ ਗਲਤ ਹੋਇਆ, ਸੈਕਸੁਅਲ ਹਰਾਸਮੈਂਟ ਦੇ ਦੋਸ਼ ਵੀ ਲਾ ਰਹੀਆਂ ਨੇ, ਉਹਨਾਂ ਦੇ ਫਿਰ ਜਿਹੜੇ ਆਪਾਂ ਇਹ ਕਲੇਮਸ ਨੇ ਉਹਨਾਂ ਨੂੰ ਝੂਠਾ ਕਵਾਂਗੇ, ਝੂਠੇ ਨੇ ਜਾਂ ਸੱਚੇ ਨੇ? ਸਰ ਤੁਸੀਂ ਮੈਨੂੰ ਲੱਗਦਾ ਵੀ ਨਾ ਜਦੋਂ ਕੋਈ ਬੰਦਾ ਸਾਹਮਣੇ ਵਾਲਾ ਸਟੇਟਮੈਂਟਾਂ ਦੇ ਰਿਹਾ ਹੁੰਦਾ, ਹੁਣ ਉਹ ਸਵਾਲ ਸਾਹਮਣੇ ਵਾਲਾ ਦਾ ਇਹਦਾ ਜਵਾਬ ਹਾਂ ਜਾਂ ਨਾ ਚ ਹੋ ਹੀ ਨਹੀਂ ਸਕਦਾ, ਹਨਾ। ਮਤਲਬ ਤੁਸੀਂ ਕਹੋਗੇ ਕਿ ਉਹਨੇ ਫਿਰ ਸੱਚ ਬੋਲਿਆ ਕਿ ਝੂਠ ਬੋਲਿਆ, ਹੁਣ ਸਾਨੂੰ ਪਤਾ ਹੀ ਨਹੀਂ ਵੀ ਉਹ ਕੀ ਕਿਸ ਆਧਾਰ ਤੇ ਬੋਲ ਰਿਹਾ, ਨਾਲੇ ਉਹਨਾਂ ਦੀ ਹੈਰੈਸਮੈਂਟ ਕਿਹੜੀ ਹੋਈ ਹੈ, ਪਰਿਭਾਸ਼ਾ ਕੀ ਹੈ? ਮੰਨ ਲਓ ਝਿੜਕਣ ਦੀ ਅਸੀਂ ਕਹਿੰਦੇ ਹਾਂ ਵੀ ਝਿੜਕਦਾ ਟੀਚਰ, ਹਨਾ, ਝਿੜਕਣ ਦੀ ਹੁਣ ਕੀ ਪਰਿਭਾਸ਼ਾ ਤੁਸੀਂ ਕੀ ਕਹੋਗੇ? ਉਹ ਕਹਿੰਦੇ ਨੇ ਹੈਰੈਸਮੈਂਟ ਹੋਈ ਆ, ਕਿਸ ਤਰ੍ਹਾਂ ਦੀ ਹੈਰੈਸਮੈਂਟ ਹੋਈ ਆ? ਕਲਾਸ ਸਭ ਦੇ ਸਾਹਮਣੇ ਹੈ, ਹਨਾ, ਜਿਹੜੇ ਬੱਚੇ ਮਤਲਬ ਇਸ ਗੱਲ ਨੂੰ ਕਹਿ ਰਹੇ ਨੇ ਵੀ ਸਾਨੂੰ ਸਾਡਾ ਟੀਚਰ ਵਾਪਸ ਮਿਲਣਾ ਚਾਹੀਦਾ, ਫਿਫ ਦੇ ਬੱਚੇ ਨੇ ਸਾਡੇ ਨਾਲ ਜਿਹੜੇ, ਉਹ ਕਹਿ ਰਹੇ ਨੇ ਵੀ ਸਾਨੂੰ ਸਾਡਾ ਟੀਚਰ ਵਾਪਸ ਦਿਓ, ਹਨਾ। ਉਹ ਉਹਨਾਂ ਦੀ ਕਲਾਸ ਦੇ ਹੀ ਬੱਚੇ ਨੇ, ਹੋਰ ਬੱਚੇ ਨੇ ਜਿਹੜੇ ਕਹਿ ਰਹੇ ਨੇ ਕਿ ਸਾਨੂੰ ਸਾਡਾ ਟੀਚਰ ਵਾਪਸ ਚਾਹੀਦਾ। ਸਮਝਾਉਣਾ ਹੁਣ ਕੋਈ ਕਿਵੇਂ ਸਮਝ ਰਿਹਾ, ਸਾਨੂੰ ਵੀ ਝਿੜਕਾਂ ਪੈਂਦੀਆਂ ਸੀ, ਉਹਨਾਂ ਨੇ ਕਿਹਾ ਵੀ ਤੁਸੀਂ ਮਤਲਬ ਸਾਡੇ ਹੋਰ ਟੀਚਰ ਨੇ, ਸਾਡੇ ਅਦਰ ਡਿਪਾਰਟਮੈਂਟਸ ਤੋਂ ਟੀਚਰ ਸਾਨੂੰ ਪੜ੍ਹਾਉਂਦੇ ਸੀ, ਉਹ ਸਾਨੂੰ ਕਹਿੰਦੇ ਸੀ ਤੁਸੀਂ ਕਲਾਸ 'ਚ ਨਹੀਂ ਆਉਂਦੇ, ਕਿੱਧਰ ਤੁਰੇ ਫਿਰਦੇ ਹੋ? ਹੁਣ ਤੁਸੀਂ ਤੁਸੀਂ ਕਿਵੇਂ ਲੈਣਾ ਉਸ ਗੱਲ ਨੂੰ, ਹਨਾ? ਹੁਣ ਤੁਹਾਡੀ ਈਗੋ ਮਤਲਬ ਇੰਨੀ ਜ਼ਿਆਦਾ ਵੱਡੀ ਹੋ ਗਈ, ਇੱਕ ਸਟ੍ਰਿਕਟਨੈਸ ਨੂੰ, ਇੱਕ ਥੋੜੇ ਰੁੱਖੇਪਨ ਨੂੰ ਹਰੈਸਮੈਂਟ ਵੱਲ ਲੈ ਕੇ ਜਾਇਆ ਗਿਆ, ਸੈਕਸੁਅਲ ਹਰੈਸਮੈਂਟ ਨਾਲ ਜੋੜ ਦਿੱਤਾ ਗਿਆ ਆਪਾਂ ਇਹ ਬਿਲਕੁਲ ਜੋੜਿਆ ਗਿਆ ਹੈ। ਤੁਸੀਂ ਇਹ ਦੇਖੋ ਕਿ ਇੱਕ ਟੀਚਰ ਮਤਲਬ ਇੱਕ ਡਿਸਿਪਲਿਨ ਹੈ, ਕਲਾਸਿਸ ਲਾਉਣਾ ਯੂਨੀਵਰਸਿਟੀ ਦਾ ਆਪਣਾ ਇੱਕ ਔਰ ਹੈ ਵੀ ਕਲਾਸਿਸ ਲੱਗਦੀਆਂ ਨੇ, ਅਸੀਂ ਉੱਥੇ ਪੜ੍ਹਨਾ ਹੈ, ਟੀਚਰਸ ਨੇ ਪੜ੍ਹਾਉਣਾ, ਤਾਂ ਤੁਸੀਂ ਕੀ ਕਰਨਾ ਚਾਹ ਰਹੇ ਹੋ ਕਿ ਨਹੀਂ ਪੜ੍ਹਨਾ ਹੈਗਾ, ਹਨਾ? ਅਗਰ ਟੀਚਰ ਕਹਿ ਰਹੇ ਆ ਵੀ ਕਲਾਸ ਲਾਓ ਪੜ੍ਹੋ, ਤਾਂ ਕੀ ਇਹ ਕਹਿਣਾ ਗਲਤ ਆ ਕਿ ਸਾਡੇ ਪੇਰੈਂਟਸ ਨੀ ਕਹਿੰਦੇ ਹੈਗੇ ਕਿ ਤੁਸੀਂ ਜਾ ਕੇ ਉੱਥੇ ਪੜ੍ਹੋ ਕੰਮ ਕਰੋ? ਅਸੀਂ ਯੂਨੀਵਰਸਿਟੀ ਦੇ ਵਿੱਚ ਕਿਉਂ ਆ ਰਹੇ ਹਾਂ ਫਿਰ, ਹਨਾ? ਹੁਣ ਜਿਹੜੇ ਇਹ ਕਹਿ ਰਹੇ ਨੇ ਕਿ ਵਿਦਿਆਰਥੀ ਨੇ, ਕੀ ਵਿਦਿਆਰਥੀ ਮਤਲਬ ਸਿਰਫ ਵਿਦਿਆਰਥੀ ਹੋਣ ਦੇ ਨਾਤੇ ਸਾਰੀ ਉਹਨਾਂ ਨੂੰ ਕਨਸੈਸ਼ਨ ਮਿਲ ਜੂਗੀ? ਜੋ ਉਹਨਾਂ ਨੇ ਕੀਤਾ ਯੂਨੀਵਰਸਿਟੀ ਦੇ ਵਿੱਚ, ਮੰਨ ਲਓ ਹਿੰਸਾ ਹੋਣੀ, ਕਿ ਉਹਨਾਂ ਨੂੰ ਇਹ ਸਵਾਲ ਤੁਸੀਂ ਪੁੱਛਿਆ ਕਿ ਮਤਲਬ ਹਿੰਸਾ ਹੋਣ ਨੂੰ ਤੁਸੀਂ ਸਹੀ ਮੰਨਦੇ ਹੋ? ਸਾਡੀਆਂ ਟੀਚਰ ਨਾਲ 100 ਸਹਿਮਤੀਆਂ ਹੋ ਸਕਦੀਆਂ ਨੇ, ਪਰ ਕੀ ਉਹਦਾ ਜਵਾਬ, ਕੀ ਉਹਦਾ ਹੱਲ ਇਹ ਹੈ ਕਿ ਅਸੀਂ ਇਸ ਤਰ੍ਹਾਂ ਹੱਲ ਕਰਾਂਗੇ ਹੁਣ, ਹਨਾ? ਮੰਨ ਲਓ ਉਹਨਾਂ ਨੇ, ਗਰਗ ਸਾਹਿਬ ਨੇ ਕਿਹਾ ਕਿ ਉੱਥੇ ਜੇ ਆਰ ਐਫ ਬੱਚਾ ਇੱਕ, ਜਾਂ ਮਤਲਬ ਇੱਕ ਬੱਚਾ ਉਹਨਾਂ ਦੇ ਵਿੱਚ ਹੋਊਗਾ, ਉਹਨਾਂ ਨੇ ਕਿਹਾ ਬਹੁਤ ਸਾਰੇ ਬੱਚੇ ਨੇ, ਉਹਨਾਂ ਨੇ ਗਾਈਡ ਨੂੰ ਮਿਲਣਾ ਹੁੰਦਾ, ਉਹਨਾਂ ਨੇ ਲਾਇਬ੍ਰੇਰੀ ਜਾਣਾ ਹੁੰਦਾ, ਉਹਨਾਂ ਦਾ ਫਿਊਚਰ ਖਰਾਬ ਹੋ ਰਿਹਾ। ਸਾਡੇ ਫਿਊਚਰ ਦਾ ਕੀ, ਜਿਹੜਾ ਮਤਲਬ ਤਕਰੀਬਨ 4 ਮਹੀਨੇ ਤੋਂ ਸਾਡਾ ਟੀਚਰ ਸਾਡੇ ਤੋਂ ਖੋਹ ਲਿਆ ਗਿਆ, ਹਨਾ? ਅਸੀਂ ਦੋਨੋਂ ਐਸ ਆਰ ਐਫ ਰਹੇ ਹਾਂ, ਬਹੁਤ ਸਾਰੇ ਬੱਚੇ ਸਾਡੇ ਨਾਲ ਜੇ ਆਰ ਐਫ ਨੇ, ਪੜ੍ਹਨ ਲਿਖਣ ਵਾਲੇ ਨੇ, ਸਾਡਾ ਕੰਮ ਕਰ ਤਾਂ ਜਿੰਨਾ ਨੁਕਸਾਨ ਹੋ ਰਿਹਾ ਉਹਦੀ ਭਰਪਾਈ ਕੀ ਹੈ? ਕਿ ਸਾਡਾ ਭਵਿੱਖ ਨਾਲ ਖਿਲਵਾੜ ਨਹੀਂ ਹੋ ਰਿਹਾ ਹੈਗਾ? ਇਸ ਗੱਲ ਦਾ ਕੀ ਜਵਾਬ ਹੈ? ਤਾਂ ਉਮੀਦ ਕਰਦੇ ਹਾਂ ਕਿ ਲੋਕਾਂ ਤੱਕ ਵੀ ਤੁਹਾਡੀ ਗੱਲ ਪਹੁੰਚੀ ਹੋਏਗੀ, ਤੇ ਜਿਹੜੇ ਦਰਸ਼ਕ ਦੇਖ ਰਹੇ ਨੇ ਉਹ ਵੀ ਕਮੈਂਟ ਸੈਕਸ਼ਨ 'ਚ ਆਪਣੇ ਵਿਚਾਰ ਰੱਖ ਸਕਦੇ ਨੇ। ਧੰਨਵਾਦ ਤੁਹਾਡਾ ਦੋਨਾਂ ਦਾ, ਤੁਸੀਂ ਜੁੜੇ, ਸਮਾਂ ਕੱਢਿਆ, ਆਪਣਾ ਪੱਖ ਰੱਖਿਆ, ਤੇ ਉਮੀਦ ਕਰਦੇ ਹਾਂ ਤੁਹਾਡੀ ਗੱਲ ਲੋਕਾਂ ਤੱਕ ਪਹੁੰਚੇਗੀ। ਬਹੁਤ ਸ਼ੁਕਰੀਆ।